ਇੱਕ ਦੀ ਰਾਸ਼ੀ ਧਰਤ ਸੀ ਤੇ ਇੱਕ ਦੀ ਰਾਸ਼ੀ ਅਗਨ ਸੀ। ਇੱਕ ਦੀ ਰਾਸ਼ੀ ਧਰਤ ਸੀ ਤੇ ਇੱਕ ਦੀ ਰਾਸ਼ੀ ਅਗਨ ਸੀ। ਇੱਕ ਉਗਣ ਵਿੱਚ ਲੀਨ ਸੀ ਤੇ ਇੱਕ ਜਲਣ ਵਿੱਚ ਮਗਨ ਸੀ। ਇੱਕ ਬੰਦੇ ਦੀ ਸੋਚ ਨੇ ਐਸਾ ਮੰਤਰ ਮਾਰਿਆ, ਮਿੱਟੀ ਤੇ ਅੱਗ ਮਿਲ ਗਏ ਤੇ ਦੀਵੇ ਲੱਗ ਪਏ ਜਗਨ ਸੀ। ਮਿੱਟੀ ਤੇ ਅੱਗ ਮਿਲ ਗਏ, ਦੀਵੇ ਲੱਗ ਪਏ ਜਗਨ ਸੀ। ਕੁਝ ਖਿੱਚਾਂ ਮਜਬੂਰੀਆਂ ਜਾਂ ਨੇੜੇ ਜਾਂ ਦੂਰੀਆਂ, ਕੁਝ ਖਿੱਚਾਂ ਮਜਬੂਰੀਆਂ ਜਾਂ ਨੇੜੇ ਜਾਂ ਦੂਰੀਆਂ, ਧਰਤੀ ਘੁੰਮਣ ਲੱਗ ਪਈ ਅਤੇ ਅੰਬਰ ਲੱਗ ਪਿਆ ਜਗਨ ਸੀ। ਧਰਤੀ ਘੁੰਮਣ ਲੱਗ ਪਈ ਅਤੇ ਅੰਬਰ ਲੱਗ ਪਿਆ ਜਗਨ ਸੀ। ਸੁਰਜੀਤ ਪਾਤਰ ਸਾਹਿਬ ਦੀਆਂ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਲੈ ਕੇ ਹਾਜ਼ਰ ਹਾਂ ਜੀ ਨਾਲ ਦੀ ਨਾਲ ਅਤੇ ਨਾਲ ਦੀ ਨਾਲ ਕੁਝ ਅੱਜ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਅਤੇ ਖਬਰਾਂ ਦੇ ਵਿੱਚ ਉਹ ਖਬਰਾਂ ਹੁੰਦੀਆਂ ਜਿਹਨਾਂ 'ਤੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਪਰ ਖਬਰਾਂ ਵੱਲ ਜਾਣ ਤੋਂ ਪਹਿਲਾਂ ਜ਼ਰੂਰ ਅਪਡੇਟ ਜਿਹੜੀ ਆ ਕਰੋਨਾ ਦੀ ਉਹ ਕਰਨੀ ਬਣਦੀ ਹੈ, ਕਿਉਂਕਿ ਮਾਹੌਲ ਅਜੇ ਭਾਰਤ ਦੀ ਗੱਲ ਕਰੀਏ ਤਾਂ ਬੜਾ ਔਖਾ, ਅਜੇ ਵੀ ਬੜਾ ਔਖਾ। ਬੇਸ਼ੱਕ ਰਾਹਤ ਦੀ ਖਬਰ ਜਿਹੜੀ ਥੋੜ੍ਹੀ ਠੰਡੀ ਹਵਾ ਇਹ ਆਉਂਦੀ ਆ ਵੀ ਉੱਥੇ ਘੱਟ ਗਏ ਨੇ 4 ਲੱਖ ਤੋਂ ਕੇਸ, 4 ਲੱਖ ਤੋਂ ਉੱਪਰ ਜਾਂਦੇ ਸੀ ਜਿਹੜੇ ਉਹ 4 ਲੱਖ ਤੋਂ ਘੱਟ ਕੇ 3.5-3 ਲੱਖ ਦੇ ਕਰੀਬ 3,58,000 ਅੱਜ ਕੱਲ੍ਹ ਕੇਸ ਸੀਗਾ। ਅਤੇ ਚਲੋ ਮਹਾਰਾਜ ਭਲੀ ਕਰੇ ਅਤੇ ਹੌਲੀ ਹੌਲੀ ਘੱਟਦੇ ਘੱਟਦੇ ਹੋਰ ਘਟਣ ਅਤੇ ਉੱਥੇ ਵੀ ਮਾਹੌਲ ਸੁਖਾਵਾਂ ਹੋਵੇ। ਪਰ ਕਹਿੰਦੇ ਆ ਵੀ ਇਹ ਮੈਨੂੰ ਪੱਕਾ ਤਾਂ ਹੁਣ ਪਤਾ ਨਹੀਂ ਵੀ ਕਹਿੰਦੇ ਜਿਹੜਾ ਉੱਥੇ ਕਰੋਨਾ ਉਹ ਬੜਾ ਇੱਕ ਮਤਲਬ ਖਤਰਨਾਕ ਆ, ਇਹ ਨਹੀਂ ਸਮਝ ਆਈ ਵੀ ਉਹ ਖਤਰਨਾਕ ਕਿਉਂ ਹੈ, ਕਿੱਥੋਂ ਪੈਦਾ ਹੋਇਆ। ਉਹ ਕਹਿੰਦੇ ਵੀ 3 ਲੇਅਰਾਂ ਵਾਲਾ ਕਰੋਨਾ, ਕੋਈ 3 ਲੇਅਰਾਂ ਵਾਲਾ ਵੀ ਜਿਵੇਂ ਆਪਾਂ, ਇੱਕ ਤਾਂ ਇਹ ਜਿਹੜੇ ਕਰੋਨਾ ਹੈਗਾ ਇਹ ਤਾਂ ਜਿਹੜਾ ਜਦੋਂ ਕੋਈ ਕਣ ਉਹਨੂੰ ਮਿਲਦੇ ਨੇ ਬੰਦੇ ਦੂਏ ਨੂੰ ਪੋਜ਼ੀਟਿਵ ਵਾਲੇ ਦੇ ਤਾਂ ਉਹਨੂੰ ਤਾਂ ਕਰੋਨਾ ਹੁੰਦਾ ਸੀ ਜਿਹੜਾ ਆਮ ਕਰੋਨਾ ਸੀਗਾ, ਸਧਾਰਨ ਕਰੋਨਾ। ਇਹ ਕਰੋਨਾ ਤਾਂ ਕਹਿੰਦਾ ਬੰਦਾ ਮੋਹਰ ਦੀ ਲੰਘ ਜੇ, ਜਿਹਨੂੰ ਕਰੋਨਾ ਹੋਇਆ ਤਾਂ ਮੋਹਰ ਦੀ ਬੰਦਾ ਲੱਗ ਗਿਆ, ਜਿਵੇਂ ਫੋਟੋ ਸਟੇਟ ਨਹੀਂ ਕਰਦੀ ਮਸ਼ੀਨ, ਕੜਕ ਦੇਣੀ ਫੋਟੋ ਸਟੇਟ ਕਰਕੇ ਨਾਲ ਨਾਲ ਅਗਲੇ ਬੰਦੇ ਨੂੰ ਕਰ ਦਿੰਦਾ ਕਿ ਸਮਝ ਨਹੀਂ ਆਈ ਵੀ ਇੰਨਾ ਖਤਰਨਾਕ ਕਰੋਨਾ ਜਿਹੜਾ ਭਾਰਤ ਦੇ ਵਿੱਚ ਉਹ ਕਿੱਥੋਂ ਆਇਆ। ਅਤੇ ਆਪਾਂ ਹੁਣ ਅੱਜ ਦੀਆਂ ਖਬਰਾਂ ਵੱਲ ਚੱਲੀਏ, ਜਿਹੜੀਆਂ ਹੈਰਾਨ ਕਰਨ ਵਾਲੀਆਂ ਖਬਰਾਂ ਸਭ ਤੋਂ, ਵੈਸੇ ਅੱਜ ਭਾਰਤੀਆਂ ਖਬਰਾਂ ਜ਼ਿਆਦਾ, ਖਬਰਾਂ ਹੈਰਾਨ ਕਰਨ ਵਾਲੀਆਂ ਇਸ ਕਰਕੇ ਹੁੰਦੀਆਂ ਕਿ ਇਹ ਹੁੰਦੀਆਂ ਅਸਲੀ ਆ ਪਰ ਹੁੰਦੀਆਂ ਬਹੁਤ ਹੈਰਾਨ ਕਰਨ ਵਾਲੀਆਂ। ਇੱਕ ਹੈਰਾਨ ਕਰਨ ਵਾਲੀ ਅੱਜ ਦੀ ਤਾਜ਼ੀ ਖਬਰ ਲਾ ਲਓ, ਕੱਲ੍ਹ ਦੀ ਲਾ ਲਓ, ਇਹ ਤਾਂ ਪਤਾ ਹੀ ਹੋਣੀ ਸਾਰਿਆਂ ਨੂੰ, ਮੇਰੇ ਖਿਆਲ ਸੁਣ ਲਈ ਹੋਣੀ, ਲੋਕਾਂ ਨੇ ਦੇਖ ਲਈ ਹੋਣੀ, ਸੋਸ਼ਲ ਮੀਡੀਆ 'ਤੇ ਵੀ ਕਾਫੀ ਆਈ ਆ। ਆਪਾਂ ਇੰਡੀਆ ਤੋਂ ਜਦੋਂ ਆਉਂਦੇ ਹਾਂ ਤਾਂ ਬੜੇ ਬੜਾ ਕੁਛ ਚਾਅ ਹੁੰਦਾ, ਵੈਸੇ ਆਮ ਤੌਰ 'ਤੇ ਇਹ ਹੁੰਦਾ ਇੱਧਰੋਂ ਜਾਣਾ ਹੋਵੇ ਚਾਹੇ ਉੱਧਰੋਂ ਆਉਣਾ ਹੋਵੇ, ਹੁੰਦਾ ਇਹ ਵੀ ਸਮਾਨ ਤਾਂ ਕੁਛ ਹੈ ਨਹੀਂ ਖਾਸ ਯਾਰ, ਇੱਕ ਟੱਚ ਜੋਗਾ ਸਮਾਨ ਆ, ਚਲੋ ਕੋਈ ਨਹੀਂ ਦੇਖੀ ਜੂ। ਫਿਰ ਕਹਿ ਤਾਂ ਕਿਸੇ ਦੋਸਤ ਮਿੱਤਰ ਕੁਛ ਭੇਜਣਾ ਦੱਸਦੀ ਯਾਰ, ਅਤੇ ਉਹ ਵੀ ਦੇ ਗਿਆ, ਉਹ ਦੂਏ ਨੇ ਉਹਨੂੰ ਗਾਂਹ ਕਿਸੇ ਨੂੰ ਦੱਸਿਆ ਫਲਾਨਾ ਬੰਦਾ ਇੰਡੀਆ ਜਾ ਰਿਹਾ, ਉਹ ਵੀ ਦੇ ਗਿਆ। ਮੁੜ ਕੇ ਪਤਾ ਲੱਗਦਾ ਆਪਦਾ ਸਮਾਨ ਇੱਥੇ ਛੱਡਣਾ ਪੈਂਦਾ, ਲੋਕਾਂ ਲਿਆਉਣਾ ਪੈਂਦਾ, ਉੱਧਰੋਂ ਜਦੋਂ ਆਉਣੇ ਉਦੋਂ ਵੀ ਇਹੀ ਹਾਲ ਹੁੰਦਾ। ਇਉਂ ਲੱਗਦਾ ਸਾਡੇ ਆਏ ਕੋਈ 4 ਜਣੇ ਆਏ ਹੋ ਇੰਡੀਆ ਤੋਂ, ਕਹਿੰਦੇ 8 ਟੈਚੀ ਆ ਸਾਡੇ ਨਾਲ, ਖਾਲੀ ਪਿਆ ਸਾਡਾ ਇੰਨਾ ਸਮਾਨ ਕਿੱਥੇ, ਸਾਡੇ 2 ਟੈਚੀਆਂ ਸਮਾਨ ਆਇਆ, 4 ਟੈਚੀ ਖਾਲੀ ਹੋਣਾ। ਜਦੋਂ ਪੁੱਛਿਆ ਕਿਸੇ ਨੇ ਭਾਈ ਵੀ ਸਾਡੇ ਆਹ ਬੀ ਲੈ ਜਾਓ ਕੱਦੂਆਂ ਦੇ ਦਿਓ, ਕਹਿੰਦੇ ਨਹੀਂ ਜੀ ਸਾਡੇ ਤਾਂ ਹੁਣ ਫੁੱਲ ਹੋ ਗਏ ਟੈਚੀ। ਅੱਛਾ, ਕੱਦੂਆਂ ਦੇ ਬੀਆਂ ਤੋਂ ਗੱਲ ਯਾਦ ਆ ਕਿ ਜਦੋਂ ਇੰਡੀਆ ਤੋਂ ਲੈ ਕੇ ਆਉਂਦੇ ਤਾਂ ਇੱਥੇ ਏਅਰਪੋਰਟ 'ਤੇ ਪੁੱਛਦੇ ਨੇ ਬਕਾਇਦਾ, ਕਰੀ ਪੱਤਾ ਪੰਜਾਬੀ 'ਚ ਪੁੱਛਦੇ ਨੇ, ਕਰੀ ਪੱਤਾ ਹੈਗਾ, ਬੰਦਾ ਕਹਿੰਦਾ ਨਹੀਂ ਚਾਹੇ ਹੋਵੇ ਵੀ ਬੀਚ ਮਿਠਾਈ, ਅਤੇ ਬੰਦਾ ਕਹਿੰਦਾ ਵੀ ਹੈਗਾ ਨਾ ਹੋਵੇ ਵੀ ਤਾਂ ਵੀ ਕਹਿੰਦਾ ਵੀ ਹੈ ਨਹੀਂ, ਤਾਂ ਉਹ ਕਈ ਲੰਘ ਜਾਂਦੇ ਅਤੇ ਕਈ ਉੱਥੇ ਫਸ ਜਾਂਦੇ ਨੇ। ਮਤਲਬ ਕਹਿਣ ਦਾ ਵੀ ਇੰਡੀਆ ਤੋਂ ਚੀਜ਼ ਜਦੋਂ ਲਿਆਉਂਦੇ ਦੇਖ ਸਮਝ ਕੇ ਲਿਆਉਣੀ ਪੈਂਦੀ ਹੈ। ਬਹੁਤ ਸਾਰੇ ਲੋਕ ਮਸਾਲਿਆਂ ਦੇ ਸ਼ੌਕੀਨ ਹੁੰਦੇ ਨੇ, ਮਸਾਲੇ ਉੱਥੋਂ ਲਿਆਉਂਦੇ ਨੇ ਉਹ ਵੀ ਪੰਗਾ ਪਾਉਂਦੇ। ਵੈਸੇ ਦੇਖਿਆ ਜਾਵੇ ਤਾਂ ਇੱਧਰ ਮਸਾਲੇ ਉਹ ਮਿਲ ਜਾਂਦੇ ਨੇ ਬਾਹਰਲੇ ਮੁਲਕਾਂ, ਜਿਹੜੇ ਇੰਡੀਆ ਵੀ ਨਹੀਂ ਮਿਲਦੇ, ਇੰਡੀਆ ਇਕੱਲੇ ਇੰਡੀਆ ਵਾਲੇ ਆ, ਇੱਥੇ ਪਾਕਿਸਤਾਨ ਦੇ ਵੀ ਨੇ, ਬੰਗਲਾਦੇਸ਼ ਦੇ ਵੀ, ਸਾਰੇ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਆ। ਪਰ ਫਿਰ ਵੀ ਇੰਡੀਆ ਤੋਂ ਸਮਾਨ ਲਿਆਉਣ ਵੇਲੇ ਸਾਨੂੰ ਧਿਆਨ ਰੱਖਣਾ ਪੈਂਦਾ ਵੀ ਕਿਤੇ ਕੋਈ ਨਾ ਕੋਈ ਪੰਗਾ ਨਾ ਪਾ ਲਈਏ। ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਉੱਥੇ ਅਸੀਂ ਕੋਈ ਵੀ ਚਮੜੇ ਦੀ ਚੀਜ਼ ਨਹੀਂ ਲਿਆ ਸਕਦੇ, ਉੱਥੇ ਚਮੜਾ ਜਿਹੜਾ ਲੈਬੋਰਟਰੀ ਦੇ ਵਿੱਚ ਟੈਸਟ ਕਰਕੇ ਫਿਰ ਅੰਦਰ ਜਾਣ ਦਿੰਦੇ। ਖਾਸ ਤੌਰ 'ਤੇ ਅਸੀਂ ਢੋਲਕੀ ਦੀ ਗੱਲ ਕਰਦੇ ਹਾਂ, ਢੋਲਕੀ ਬਾਅਦ ਦੇ ਵਿੱਚ ਦਿੰਦੇ ਨੇ, ਚਲੋ ਆਪੋ ਆਪਣੇ ਮੁਲਕਾਂ ਦਾ ਆਪੋ ਆਪਣਾ ਹਿਸਾਬ ਆ। ਤਾਂ ਗੱਲ ਕਰਦੇ ਸੀ ਅਮਰੀਕਾ ਦੇ ਵਿੱਚ ਚੀਜ਼ ਲਿਆਉਣ ਵੇਲੇ ਬੰਦਾ ਸੋਚਦਾ ਵੀ ਕੋਈ ਨਾ ਕੋਈ ਉਹਦੀ ਜ਼ਰੂਰਤ ਹੁੰਦੀ ਖਾਸ, ਤਾਂ ਹੀ ਇੰਡੀਆ ਤੋਂ ਲਿਆਊਗਾ ਐਡੀ ਦੂਰ ਚੱਕ ਕੇ, ਭਾਰ ਚੱਕ ਕੇ। ਪਰ ਜਿਹੜੀ ਚੀਜ਼ ਕੱਲ੍ਹ ਕੋਈ ਬੰਦਾ ਲੈ ਕੇ ਆਇਆ ਉਹਦੀ ਮੈਨੂੰ ਨਹੀਂ ਸਮਝ ਆਈ ਵੀ ਕੀ ਜ਼ਰੂਰਤ ਹੋ ਸਕਦੀ ਹੈ। ਜੇ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਦੱਸ ਦਿਓ ਵੀ ਇਹ ਬੰਦਾ ਇਹ ਚੀਜ਼ ਇਸ ਕਰਕੇ ਲੈ ਕੇ ਆਇਆ। ਲੈ ਕੇ ਕੀ ਆਇਆ ਜੀ,
ਭਾਰਤੀ ਪੰਜਾਬੀ ਨਹੀਂ ਹੋਏਗਾ, ਇਹ ਗੱਲ ਪੱਕੀ ਹੈ। ਪੰਜਾਬੀ ਇਹੋ ਜਿਹੀ ਚੀਜ਼ ਨਹੀਂ ਲਿਆ ਸਕਦਾ। ਭਾਰਤੀ ਸੀਗਾ, ਸਾਊਥ ਦਾ ਕੋਈ ਹੋ ਸਕਦਾ, ਉੱਥੇ ਇਹੋ ਜਿਹਾ ਰਿਵਾਜ਼ ਹੁੰਦਾ। ਕਿਸੇ ਭਾਰਤੀ ਦੇ ਅਟੈਚੀ ਵਿੱਚੋਂ ਜਦੋਂ ਉਹਨਾਂ ਨੇ ਅੰਦਰੋਂ ਖੋਲ੍ਹਦੇ ਨੇ, ਉਹ ਅੰਦਰ ਖੋਲ੍ਹ ਕੇ ਦੇਖਦੇ ਨੇ ਅਟੈਚੀ ਜ਼ਰੂਰ, ਜੋ ਸ਼ੱਕ ਹੋਵੇ ਮਾੜੀ ਮੋਟੀ, ਅਤੇ ਨਿਕਲੀ ਇੱਕ ਐਸੀ ਚੀਜ਼ ਜਿਹਦਾ ਹੁਣ ਆਪਣੇ ਹਿਸਾਬ ਨਾਲ ਤਾਂ ਕੋਈ ਮਤਲਬ ਹੀ ਨਹੀਂ ਬਣਦਾ, ਕੋਈ ਤੋਕੀ ਨਹੀਂ, ਨਾ ਕੋਈ ਖਤਰਾ, ਅਤੇ ਅਮੈਰੀਕਾ ਦੇ ਹਿਸਾਬ ਨਾਲ ਉਸ ਚੀਜ਼ ਦਾ ਬਹੁਤ ਖਤਰਾ। ਭਾਰਤੀ ਦੇ ਅਟੈਚੀ ਦੇ ਵਿੱਚੋਂ ਨਿਕਲੀਆਂ ਦੋ ਪਾਥੀਆਂ, ਪਾਥੀ ਨੂੰ ਅੰਗਰੇਜ਼ੀ 'ਚ ਬੰਨ ਕੀ ਕਹਿੰਦੇ, ਵੀ ਉੱਥੋਂ ਕਿਉਂ ਲੈ ਕੇ ਆਇਆ ਪਤੰਦਰ, ਐਮਾਜੋਨ 'ਤੇ ਮਿਲ ਜਾਂਦੀਆਂ ਅੱਜ ਕੱਲ੍ਹ ਤਾਂ ਪਾਥੀਆਂ। ਦੋ ਪਾਥੀਆਂ ਨਿਕਲੀਆਂ ਅਤੇ ਉਹਦੇ 'ਤੇ ਬਕਾਇਦਾ ਉਹਨੂੰ ਮੇਰੇ ਖਿਆਲ ਛੱਡਿਆ ਨਹੀਂ ਹਜੇ, ਸ਼ਾਇਦ ਉਹਦੀ ਤਹਿਕੀਕਾਤ ਚੱਲ ਰਹੀ ਹੈ। ਕਿਉਂਕਿ ਕਿਹਾ ਇਹ ਜਾਂਦਾ ਵੀ ਜਿਹੜੀ ਚੀਜ਼ ਪਾਥੀਆਂ ਜਾਂ ਅਸੀਂ ਘੇ ਲੈ ਕੇ ਉਹਨੇ ਇਹੋ ਜਿਹਾ ਉੱਥੋਂ ਇੰਡੀਆ ਤੋਂ, ਅਤੇ ਉਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ, ਇੱਧਰਲੇ ਮੁਲਕਾਂ ਦੇ ਵਿੱਚੋਂ ਬਿਮਾਰੀ ਵਧਾ ਸਕਦੇ ਆ, ਅਤੇ ਨਾਲ ਦੀ ਨਾਲ ਪਸ਼ੂਆਂ ਤੱਕ ਅਗਰ ਉਹ ਪਹੁੰਚ ਜਾਵੇ ਤਾਂ ਪਸ਼ੂ ਮਰ ਵੀ ਸਕਦੇ ਨੇ, ਗਾਵਾਂ ਗੂਵਾਂ ਜਿਹੜੀਆਂ ਇੱਧਰ ਹੈਗੀਆਂ ਨੇ। ਪਰ ਬੰਦਾ ਕਿਉਂ ਲਿਆ, ਹੋ ਸਕਦਾ ਤੁਸੀਂ ਦੱਸ ਦਿਓ। ਵੈਸੇ ਗੁਜਰਾਤ ਦੇ ਵਿੱਚ ਮੈਂ ਸੁਣਿਆ ਵੀ ਇਹ ਰਿਵਾਜ਼ ਹੈਗਾ, ਇਹ ਹੁਣ ਰਾਮਦੇਵ ਨੇ ਦੱਸਿਆ ਲੱਗਦਾ ਨੁਕਤਾ, ਹੁਣ ਮੈਨੂੰ ਡਾਕਟਰ ਨੁਕਤਾ ਲੱਗਦਾ ਨਹੀਂ, ਇਹ ਵੀ ਇਹ ਰਿਵਾਜ਼ ਹੈਗਾ ਵੀ ਭਾਈ ਜੇ ਤੁਸੀਂ ਪਿੰਡੇ ਦੇ ਉੱਪਰ ਕਹਿੰਦੇ ਮਲ ਲਓ ਗੋਹਾ ਤਾਂ ਫਿਰ ਕਰੋਨਾ ਨਹੀਂ ਹੁੰਦਾ, ਸ਼ਾਇਦ ਉਹਨੇ ਪਾਥੀਆਂ ਲਿਆ ਕੇ ਇੱਧਰ, ਅਤੇ ਜਾਂ ਫਿਰ ਭਾਈ ਕੋਈ ਹਮਨ ਹੁਮਨ ਹੋਏਗਾ ਵੀ ਪਵਿੱਤਰ ਸ਼ੁੱਧ ਪਾਥੀਆਂ ਜਿਹਨੂੰ ਅਸੀਂ ਕਹਿੰਦੇ, ਪਵਿੱਤਰ ਤਾਂ ਨਹੀਂ ਖੈਰ ਹੁੰਦੀਆਂ, ਸ਼ੁੱਧ ਪਾਥੀਆਂ, ਸ਼ੁੱਧ ਗੋਏ ਦੀਆਂ ਪਾਥੀਆਂ ਜਿਹੜੀਆਂ ਉਹ ਹੋ ਸਕਦੀਆਂ ਲੈ ਕੇ ਆਇਆ ਹੋਵੇ। ਇਹ ਬੜੀ ਅਜੀਬ ਜਿਹੀ ਖਬਰ ਅੱਜ ਦੀ ਹੈਗੀ। ਗੁਰੂਗ੍ਰਾਮ ਦੀ ਇੱਕ ਹੋਰ ਖਬਰ ਅਜੀਬ ਤਰੀਕੇ ਦੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅਜੀਬ ਤਰੀਕੇ ਦੀ ਹੈ ਕਿ ਆਮ ਤੌਰ 'ਤੇ ਬਹੁਤ ਸਾਰੇ ਘਰਾਂ ਦੇ ਵਿੱਚ ਕੁੱਤੇ ਰੱਖੇ ਹੁੰਦੇ ਆ, ਅਤੇ ਕੁੱਤਿਆਂ ਨੂੰ ਬੱਚਿਆਂ ਵਾਂਗੂ ਪਿਆਰ ਕਰਦੇ, ਚਲੋ ਚੰਗੀ ਗੱਲ, ਅਸੀਂ ਇਹ ਨਹੀਂ ਕਹਿੰਦੇ ਵੀ ਨਾ ਕਰੋ, ਪਰ ਇੰਨਾ ਜ਼ਿਆਦਾ ਪਿਆਰ ਕਰੋ ਕੋਈ ਲੜਾਈ ਮੁੱਲ ਲੈ ਲਓ ਫਿਰ ਮਾੜੀ ਗੱਲ ਆ ਭਾਈ। ਹੋਇਆ ਕਿ ਗੁਰੂਗ੍ਰਾਮ ਦੇ ਵਿੱਚ ਕੋਈ ਕੁੱਤਾ ਸੀ ਕਿਸੇ ਨੇ ਰੱਖਿਆ ਹੋਇਆ, ਅਤੇ ਭਾਈ ਉਹ ਨਿਆਣਿਆਂ ਨੂੰ ਭਜਦਾ ਸੀ, ਨਿਆਣੇ ਮਗਰ ਭਜਦਾ ਸੀ, ਹੁਣ ਇੱਧਰ ਵਰਗਾ ਕੰਮ ਤਾਂ ਹੈ ਨਹੀਂ ਵੀ ਕੁੱਤੇ ਨੇ ਮਾੜੇ ਜਿਹਾ ਵੱਡੇ ਵਾਲੀ ਸਾਰੀ ਉਮਰ ਦੀਆਂ ਰੋਟੀਆਂ ਇੰਸ਼ੋਰੈਂਸ ਦਿੰਦੀ ਹੈ, ਅਤੇ ਉਹ ਮਗਰ ਭਜਦਾ, ਨਿਆਣੇ ਡਰ ਜਾਂਦੇ ਸੀ। ਗੁਆਂਢੀ ਨੇ ਸ਼ਿਕਾਇਤ ਕੀਤੀ ਉਹਨੂੰ, ਭਾਈ ਸੁਧੀਰ ਨਾਂ ਦਾ ਬੰਦਾ ਸੀ ਜਿਹਨੇ ਸ਼ਿਕਾਇਤ ਕੀਤੀ ਕੁੱਤੇ ਦੇ ਮਾਲਕ ਨੂੰ ਵੀ ਭਾਈ ਆਪਣੇ ਕੁੱਤੇ ਨੂੰ ਭਾਈ ਸਾਹਿਬ ਤੁਸੀਂ ਬੰਨ ਕੇ ਰੱਖਿਆ ਕਰੋ। ਉਹ ਕਹਿੰਦਾ ਵੀ ਕੁੱਤਾ ਨਹੀਂ ਕਹਿਣਾ, ਕਹਿੰਦਾ ਵੀ ਭਾਈ ਸਾਹਿਬ ਕੁੱਤੇ ਨੂੰ ਕੁੱਤਾ ਹੀ ਕਹੂੰਗਾ, ਹੋਰ ਮੈਂ ਹੁਣ ਜੀਜਾ ਜੀ ਕਹਿ ਦੇਵਾਂ। ਉਹ ਕਹਿੰਦਾ ਨਹੀਂ, ਉਹਨੇ ਕਿਹਾ ਵੀ ਕੁੱਤੇ ਨੂੰ ਗੱਲ ਵੱਧ ਗਈ ਵੀ ਤੂੰ ਕੁੱਤੇ ਆਪਦੇ ਨੂੰ ਬੰਨ ਕੇ ਰੱਖ ਦਿੰਦੀ, ਇਹਨੂੰ ਦੱਸਤਾ। ਉਹ ਕਹਿੰਦਾ ਕੁੱਤਾ ਨਹੀਂ ਕਹਿ, ਟੌਮੀ ਕਹਿ। ਉਹ ਜਦੋਂ ਨਾ ਹੀ ਉਹਨੇ ਕਿਹਾ, ਕਹਿੰਦਾ ਕਿਉਂ ਟੌਮੀ ਕਹਾਂ, ਮੇਰਾ ਕੀ ਲੱਗਦਾ ਇਹ, ਮੈਂ ਟੌਮੀ ਕਹਾਂ ਇਹਨੂੰ। ਉਹ ਜੀ ਅਖੀਰ ਲੜਾਈ ਵੱਧ ਗਈ, ਅਤੇ ਉਹ ਜਿਹੜਾ ਬੰਦਾ ਸੀ ਕੁੱਤੇ ਦਾ ਮਾਲਕ, ਉਹਨੇ 6 ਮੈਂਬਰ ਸੀ ਗੁਆਂਢੀਆਂ ਦੇ ਪਰਿਵਾਰ ਦੇ, 6 ਦੇ 6 ਕੁੱਟਤੇ, ਨਿਆਣੇ ਵਿੱਚ ਤਾਂ ਫੜਦੇ ਵੀ ਤੁਸੀਂ ਕੁੱਤੇ ਨੂੰ ਕੁੱਤਾ ਕਿਉਂ ਕਹੀਏ, ਕਮਾਲ ਦੀ ਗੱਲ ਹੈ। ਅਤੇ ਉਦੋਂ ਬਾਅਦ ਕੇਸ ਉਹਨੇ ਸੁਧੀਰ ਕੁਮਾਰ ਨੇ ਦਰਜ ਕਰਾਇਆ ਗੁਆਂਢੀ ਨੇ ਕੁੱਤੇ ਦੇ ਮਾਲਕ ਦੇ ਉੱਪਰ ਵੀ, ਭਾਈ ਇਹ ਗਲਤ ਗੱਲ ਕਰਦਾ। ਅਤੇ ਇਹੀ ਚੀਜ਼ ਭਾਰਤ ਦੇ ਵਿੱਚ ਇੱਦਾਂ ਹੈਗੀ, ਇੱਧਰਲੇ ਮੁਲਕਾਂ ਦੇ ਵਿੱਚ ਤਾਂ ਬਹੁਤ ਕਮਾਲ ਦੀਆਂ ਚੀਜ਼ਾਂ ਨੇ। ਸੋ ਭਾਈ ਕਿਸੇ ਕੇ ਕੁੱਤੇ ਕੋ ਕੁੱਤੋ ਮਤ ਕੁੱਤਾ ਮਤ ਕਹੋ, ਹੋਰ ਜੋ ਮਰਜ਼ੀ ਕਰੋ। ਅਤੇ ਅਗਲੀ ਜਿਹੜੀ ਖਬਰ ਹੈਗੀ ਹੈ ਜੀ, ਉਹ ਲੈ ਚੱਲਦੇ ਤੁਹਾਨੂੰ ਫਰਾਂਸ ਦੇ ਵਿੱਚ। ਅਜੀਬੋ ਗਰੀਬ ਰਸਮੋ ਰਿਵਾਜ਼ ਅਸੀਂ ਬਹੁਤ ਸੁਣੇ ਆ, ਬਹੁਤ ਤੁਹਾਡੇ ਨਾਲ ਸਾਂਝੇ ਵੀ ਕੀਤੇ ਆ, ਬਹੁਤ ਸਾਂਝੇ ਕੀਤੇ ਆ ਕਿ ਅਲੱਗ ਅਲੱਗ ਮੁਲਕਾਂ ਦੇ ਅਲੱਗ ਅਲੱਗ ਰਿਵਾਜ਼ ਹੈਗੇ, ਪਰ ਫਰਾਂਸ ਦੇ ਵਿੱਚ ਇੱਕ ਐਸਾ ਰਿਵਾਜ਼ ਕਹਿ ਲਓ, ਪਰੰਪਰਾ ਕਹਿ ਲਓ, ਜਿਹੜੀ ਵਾਕਈ ਤੁਹਾਨੂੰ ਹੈਰਾਨ ਕਰ ਸਕਦੀ ਹੈ। ਅਸੀਂ ਜਦੋਂ ਸਾਡੇ ਕੋਈ ਡੈਥ ਹੋ ਜਾਂਦੀ ਜਵਾਨ ਮੁੰਡੇ ਕੁੜੀ ਦੀ, ਤਾਂ ਅਸੀਂ ਜ਼ਰੂਰ ਜੇ ਮੁੰਡਾ ਆ ਤਾਂ ਉਹਦੇ ਸਿਹਰਾ ਸੂਰਾ ਲਾਉਂਦੇ ਹਾਂ, ਅਤੇ ਜੇ ਕੁੜੀ ਆ ਤਾਂ ਉਹਦੇ ਸੰਧੂਰ ਵਗੈਰਾ ਪਾਉਣ ਦੀ ਪਰੰਪਰਾ ਹੈਗੀ ਆ, ਕਿ ਜੇ ਉਹਦਾ ਵਿਆਹ ਨਹੀਂ ਹੋਇਆ ਤਾਂ ਉਹਨੂੰ ਮੁੜ ਕੇ ਲਾੜੀ ਬਣਾ ਕੇ ਜਾਂ ਮੁੰਡੇ ਨੂੰ ਦੁੱਲਾ ਬਣਾ ਕੇ ਤਾਂ ਉਹਨੂੰ ਸੰਸਕਾਰ ਵਗੈਰਾ ਕਰਦੇ ਹਾਂ। ਪਰ ਜੇ ਅਸੀਂ ਇਹ ਕਹੀਏ ਫਰਾਂਸ ਦੇ ਵਿੱਚ ਜੇ ਕੋਈ ਡੈਥ ਹੋ ਗਈ ਆ ਮੰਗੇਤਰ ਦੀ ਕਿਸੇ ਦੀ, ਤਾਂ ਉਹਨੂੰ ਵਿਆਹ ਵੀ ਨਾਲ ਕਰਾਉਣਾ ਉਹਨੇ, ਤਾਂ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਜੀ। ਬਿਲਕੁਲ ਇਹ ਪਰੰਪਰਾ ਹੈਗੀ ਆ ਕਿ ਜਦੋਂ ਕੋਈ ਕੁੜੀ, ਜਿਵੇਂ ਹੁਣ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਕੁੜੀ ਦੀ ਡੈਥ ਹੋ ਗਈ ਮੰਗੇਤਰ ਦੀ, ਅਤੇ ਮੁੰਡਾ ਬਕਾਇਦਾ ਕੋਲ ਬੈਠ ਕੇ ਸਾਰੀਆਂ ਰਸਮਾਂ ਜਿਹੜੀਆਂ ਉਹਦੀਆਂ ਅਦਾ ਕਰਦਾ ਹੈ। ਜੇ ਕੁੜੀ ਮਤਲਬ ਜਾਂ ਕੁੜੀ ਜਾਂ ਮੁੰਡਾ ਉਹਦੀ ਮਤਲਬ ਕਰ ਦਿੱਤਾ ਸੰਸਕਾਰ, ਦਫਨਾ ਦਿੱਤਾ ਹੈਗਾ, ਤਾਂ ਫਿਰ ਵੀ ਉਹਦੀ ਫੋਟੋ ਦੇ ਨਾਲ ਕੁੜੀ ਬਕਾਇਦਾ ਤੁਸੀਂ ਦੇਖ ਰਹੇ ਹੋ ਮੁੰਡੇ ਦੀ ਫੋਟੋ ਦੇ ਨਾਲ ਸਾਰੀਆਂ ਵਿਆਹ ਦੀਆਂ ਰਸਮਾਂ 'ਤੇ ਸਾਈਨ ਸੂਈਨ ਕਰ ਰਹੀ ਹੈ। ਇਹ ਵੈਸੇ ਇਹ ਜਿਹੜਾ ਹੈਗਾ ਨਾ ਜੀ, ਰਾਸ਼ਟਰਪਤੀ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਇੱਦਾਂ ਕਰ ਸਕਦੇ। ਰਾਸ਼ਟਰਪਤੀ ਪਰਮਿਸ਼ਨ ਚਾਹੀਦੀ ਹੈ ਮੁੰਡੇ ਨਾਲ ਵਿਆਹ ਕਰਾਉਣ ਲਈ, ਪਰ ਉੱਥੇ 1950 ਦੇ ਵਿੱਚ ਕਹਿੰਦੇ ਰਾਸ਼ਟਰਪਤੀ ਦੇ ਕਾਨੂੰਨ ਬਣਾ ਦਿੱਤਾ ਸੀ ਭਾਈ ਜਿਹਦਾ ਦਿਲ ਕਰਦਾ ਕਰਾ ਲਓ, ਅਤੇ ਉਹਦੇ ਰਜਿਸਟ੍ਰੇਸ਼ਨ ਵਾਸਤੇ ਲੰਬੀਆਂ ਲਾਈਨਾਂ ਜਿਹੜੀਆਂ ਉਹਦੀਆਂ ਲੱਗੀਆਂ ਹੋਈਆਂ ਵੀ ਅਸੀਂ ਕਰਾਉਣਾ, ਅਸੀਂ ਕਰਾਉਣਾ। ਔਰ ਬਕਾਇਦਾ ਪੂਰੇ ਤੁਸੀਂ ਦੇਖ ਰਹੇ ਹੋ ਪਿੱਛੇ ਐਨ ਤਿਆਰ ਤਿਉਰ ਹੋ ਕੇ ਸਾਰੇ ਆਏ ਹੋਏ ਨੇ, ਔਰ ਬਕਾਇਦਾ ਵਿਆਹ ਦੀ ਰਸਮ ਜਿਹੜੀ ਹੋ ਰਹੀ ਹੈ। ਇਹਦਾ ਕਾਰਨ ਕੋਈ ਵੱਡੇ ਆਮ ਤੌਰ 'ਤੇ ਇੱਦਾਂ ਤਾਂ ਹੀ ਹੁੰਦੀ ਜੇ ਕੋਈ ਬਹੁਤ ਵੱਡਾ ਕਾਰਨ ਹੋਵੇ, ਪਰ ਉੱਥੇ ਰਿਵਾਜ਼ ਹੈਗਾ
पर कमाल दा नाल दी नाल कानून ये भी है भी भाई तुसी ब्याह कराउणा आपदे मंगेतर जां अपनी मंगेतर दे नाल तां जी सदके कराओ जम जम कराओ ते पर उहदी जायदाद जिहड़ी है उहदे वाली वारस नहीं बणोगे। उहदी जायदाद जिहड़ी है उहदे परिवार दे मैंबर जां जो भी हैगे ने उहनां दी ही रहेगी। ਇਹ ਇੱਕ ਵੱਖਰੀ ਤਰ੍ਹਾਂ ਦਾ ਕਾਨੂੰਨ ਉੱਥੇ ਦੇਖਣ ਅਤੇ ਸੁਣਨ ਨੂੰ ਮਿਲਦਾ ਸੀ। ਗੱਲ ਚੱਲੀ ਪਰੰਪਰਾ ਦੀ ਅਤੇ ਲੋਕ ਵਿਸ਼ਵਾਸ ਸਾਡੇ ਬੜੇ ਬਣੇ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਤਾਂ ਹੱਦ ਹੀ ਹੈ ਲੋਕ ਵਿਸ਼ਵਾਸਾਂ ਦੇ। ਅਸੀਂ ਅਕਸਰ ਤੁਹਾਡੇ ਨਾਲ ਸਾਂਝੇ ਕਰਦੇ ਰਹੀਦਾ, ਅਕਸਰ ਕਹਿੰਦੇ ਵੀ ਜਦੋਂ ਮੀਂਹ ਨਹੀਂ ਪੈਂਦਾ ਔੜ ਲੱਗ ਜਾਂਦੀ ਹੈ ਅਤੇ ਗਿੱਦੜ ਆਪਣਾ ਗੁੱਡੀ ਫੂਕਣ ਦਾ ਰਿਵਾਜ਼ ਵੀ ਹੈਗਾ, ਫਿਰ ਗੁੱਡੀ ਫੂਕਦੇ ਨੇ ਅਤੇ ਫਿਰ ਉਹ ਮੀਂਹ ਕਹਿੰਦੇ ਪੈ ਜਾਂਦਾ। ਇਹ ਸੋਚ ਹੈ ਲੋਕ ਵਿਸ਼ਵਾਸ, ਲੋਕ ਵਿਸ਼ਵਾਸ ਉਹੀ ਹੁੰਦਾ ਜਿਹਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੋਵੇ। ਦੂਜਾ ਇਹ ਜੇ ਮੀਂਹ ਪੈਣੋਂ ਨਾ ਹਟਦਾ ਹੋਵੇ, ਇਹ ਤਾਂ ਮੈਂ ਵੀ ਦੇਖਿਆ, ਮੇਰੀ ਭਤੀਜੀ ਦਾ ਵਿਆਹ ਸੀਗਾ ਅਤੇ ਮੀਂਹ ਪੈਣੋਂ ਹਟੇ ਨਾ ਅਤੇ ਉਹਦੇ ਕੋਲੋਂ ਪਰਨਾਲੇ ਦੇ ਥੱਲੇ ਮੋਟ ਸੀ ਸ਼ਾਇਦ ਜਾਂ ਕੁਛ ਇੱਦਾਂ ਦੇ ਉਹਨਾਂ ਨੇ ਟੋਆ ਪੱਟ ਕੇ ਅਤੇ ਦੱਬੇ ਸੀ ਅਤੇ ਉਦੋਂ ਬਾਅਦ ਭਾਈ ਸੱਚੀ ਗੱਲ ਹੈ ਬੱਦਲ ਬਹੁਤ ਰਹੇ ਪਰ ਮੀਂਹ ਨਹੀਂ ਪਿਆ, ਵਿਆਹ ਲੰਘ ਗਿਆ ਵਧੀਆ। ਚਲੋ ਇਹ ਲੋਕ ਵਿਸ਼ਵਾਸ ਹੈ, ਇਹਦੇ ਪਿੱਛੇ ਕੀ ਸੱਚਾਈ ਹੈ ਕੀ ਨਹੀਂ ਹੈਗੀ ਆਪਾਂ ਕਦੇ ਗਾਹੇ ਵਗੈਰਾ ਸਾਂਝੇ ਕਰਦੇ ਰਹੀਦਾ। ਅਤੇ ਇੱਕ ਇਹ ਵੀ ਲੋਕ ਵਿਸ਼ਵਾਸ ਆਪਾਂ ਸੁਣਨ ਦੇ ਵਿੱਚ ਆਇਆ ਕਿ ਜਦੋਂ ਮੀਂਹ ਪੈਂਦਾ ਹੋਵੇ ਥੋੜ੍ਹਾ ਥੋੜ੍ਹਾ ਨਾਲ ਧੁੱਪ ਨਿਕਲੀ ਹੋਵੇ, ਉੱਧਰੋਂ ਮੀਂਹ ਪੈਂਦਾ ਉੱਧਰੋਂ ਧੁੱਪ ਨਿਕਲੀ ਹੈ, ਇੱਕ ਪਾਸੇ ਸਤਰੰਗੀ ਪੀਂਘ ਹੈ ਅਸਮਾਨ ਦੇ ਵਿੱਚ, ਅਤੇ ਉਦੋਂ ਦਾ ਲੋਕ ਵਿਸ਼ਵਾਸ ਇਹ ਸੀ ਵੀ ਭਾਈ ਗਿੱਦੜ ਅਤੇ ਗਿੱਦੜੀ ਦਾ ਵਿਆਹ ਹੁੰਦਾ ਹੈ। ਪਰ ਮੈਂ ਜੇ ਇਸ ਲੋਕ ਵਿਸ਼ਵਾਸ ਦੀ ਗੱਲ ਕਰਨ ਲੱਗਾ, ਇਹ ਵੀ ਤ੍ਰਿਪੁਰਾ ਦੇ ਵਿੱਚ ਲੋਕ ਵਿਸ਼ਵਾਸ ਹੈਗਾ ਕਿ ਜੇ ਡੱਡੂ ਦਾ ਅਤੇ ਡੱਡੀ ਡੱਡਣੀ ਦਾ ਵਿਆਹ ਕਰਦੇ ਹੋ, ਜਾਣੀ ਕਿ ਡੱਡੀ ਅਤੇ ਚੰਨਾ ਥੋੜ੍ਹਾ ਹੋਰ ਤਰ੍ਹਾਂ ਹੈ ਨਾ, ਸਿੱਧੇ ਲਫਜ਼ਾਂ 'ਚ ਕਿ ਜੇ ਮੇਲ ਡੱਡੂ ਅਤੇ ਫੀਮੇਲ ਡੱਡੂ ਦਾ ਜੇ ਵਿਆਹ ਕਰ ਦਈਏ ਤਾਂ ਕਹਿੰਦੇ ਵੀ ਇੰਦਰ ਦੇਵਤਾ ਪ੍ਰਸੰਨ ਹੋ ਜਾਂਦੇ ਨੇ ਅਤੇ ਮੌਨਸੂਨ ਜਿਹੜਾ ਬੜਾ ਵਧੀਆ ਹੁੰਦਾ ਉਸ ਸਾਲ ਅਤੇ ਫਸਲਾਂ ਵੀ ਬੜੀਆਂ ਵਧੀਆ ਹੁੰਦੀਆਂ। ਇਹ ਤ੍ਰਿਪੁਰਾ ਦੀ ਫੋਟੋ ਤੁਸੀਂ ਦੇਖ ਰਹੇ ਹੋ ਕਿ ਡੱਡੂ ਇੱਕ ਪਾਸੇ ਫੜਿਆ, ਹੁਣ ਡੱਡੂ ਮੈਨੂੰ ਲੱਗਦਾ ਇੰਨੀ ਦੇਰ ਹੱਥ ਦੇ ਵਿੱਚ ਟਿੱਕ ਕਿਵੇਂ ਗਿਆ, ਮੈਨੂੰ ਇਹ ਨਹੀਂ ਸਮਝ ਆਉਂਦੀ, ਉਹ ਤਾਂ ਇਕਦਮ ਛਾਲ ਮਾਰ ਜਾਂਦਾ। ਅਤੇ ਇਹ ਡੱਡੂ ਜਿਹੜਾ ਮੇਲ ਡੱਡੂ ਹੈ ਤਾਂ ਵੈਸੇ ਵੀ ਛਾਲ ਮਾਰ ਸਕਦਾ ਕਿਉਂਕਿ ਉਹਦਾ ਵਿਆਹ ਹੋ ਰਿਹਾ, ਭਾਈ ਨਹੀਂ ਮੈਂ ਨਹੀਂ ਇਹੋ ਜਿਹੇ ਪੰਗੇ 'ਚ ਪੈਣਾ, ਤੁਸੀਂ ਬੰਦੇ ਹੀ ਇਹੋ ਜਿਹੇ ਕੰਮਾਂ 'ਚ ਠੀਕ ਹੈ ਤਾਂ ਮੈਨੂੰ ਤਾਂ ਤੁਸੀਂ ਰਹਿਣ ਦਿਓ, ਇੱਦਾਂ ਚੰਗਾ ਭਲਾ ਯਾਦ ਹੀ। ਪਰ ਇਹ ਵੀ ਇੱਕ ਲੋਕ ਵਿਸ਼ਵਾਸ ਹੈ ਜੀ ਜਿਹੜਾ ਕਿ ਤ੍ਰਿਪੁਰਾ ਦੇ ਵਿੱਚ ਹੈਗਾ ਕਿ ਇਹਨਾਂ ਦਾ ਡੱਡੂ ਮੇਲ ਡੱਡੂ ਅਤੇ ਫੀਮੇਲ ਡੱਡੂ ਦਾ ਵਿਆਹ ਕਰਕੇ ਅਤੇ ਇਹ ਇੰਦਰ ਦੇਵਤਾ ਪ੍ਰਸੰਨ ਹੋ ਜਾਂਦੇ ਨੇ। ਲਓ ਜੀ ਅਖੀਰ ਦੇ ਵਿੱਚ ਜਿਹੜੀ ਫੋਟੋ ਤੋਂ ਵੀਡੀਓ ਇੱਕ ਛੋਟੀ ਜਿਹੀ ਦਿਖਾਉਣ, ਤੁਹਾਨੂੰ ਕਰੋਨਾ ਨੇ ਸਭ ਕੁਝ ਬਦਲਦਾ ਦੇਖਿਆ, ਆਪਾਂ ਵਿਆਹ ਵੀ ਬਦਲਤੇ, ਔਨਲਾਈਨ ਵਿਆਹ ਹੋਣ ਲੱਗ ਪਏ, ਮੁੰਡਾ ਕਿਤੇ ਬੈਠਾ, ਕੁੜੀ ਕਿਤੇ ਬੈਠੀ ਆ, ਰਿਸ਼ਤੇਦਾਰ ਕਿਤੇ ਬੈਠੇ ਨੇ, ਆਪੋ ਆਪਣਾ ਖਾਓ ਪੀਓ ਅਤੇ ਔਨਲਾਈਨ ਵਿਆਹ ਦੇਖੋ ਅਤੇ ਇੰਜੋਏ ਕਰੋ, ਮੀਟਿੰਗਾਂ ਔਨਲਾਈਨ ਹੋਣ ਲੱਗ ਪਈਆਂ, ਪਰ ਵਿਆਹ ਦਾ ਆਹ ਚੀਜ਼ ਹੋਏਗੀ, ਮੈਨੂੰ ਲੱਗਦਾ ਵੀਡੀਓ ਅਸਲੀ ਨਹੀਂ ਹੈ, ਪਰ ਸਾਨੂੰ ਜਿਹਨੇ ਭੇਜੀ ਉਹਨੇ ਕਿਹਾ ਵੀ ਅਸਲੀ ਵੀਡੀਓ ਹੈਗੀ ਵਿਆਹ ਦੀ। ਵਿਆਹ ਦੇ ਵਿੱਚ ਮੰਤਰ ਵੀ ਚੇਂਜ ਹੋ ਜਾਣਗੇ, ਮੰਤਰ ਵੀ ਬਦਲ ਜਾਣਗੇ, ਜਾਂ ਜਿਹੜਾ ਆਪਾਂ ਉਚਾਰਨ ਕਰਦੇ ਪੰਡਿਤ ਜੀ ਬੋਲਦੇ ਹੁੰਦੇ ਵੀ ਆਹ ਸਵਾਹਾ, ਇਹ ਹੁਣ ਜੇ ਇਹੋ ਜਿਹਾ ਮੰਤਰ ਕਰੋਨਾ ਦੌਰਾਨ ਆ ਗਿਆ ਵੀ ਸੈਨੇਟਾਈਜ਼ਰ ਸਵਾਹਾ, ਮਾਸਕ ਲਗਾਓ ਸਵਾਹਾ, ਅਤੇ ਫਿਰ ਤਾਂ ਵਾਕਈ ਹੈਰਾਨੀ ਵਾਲੀ ਗੱਲ ਹੈ। ਪਰ ਮੈਨੂੰ ਇਹ ਲੱਗਦਾ ਕਿਸੇ ਨੇ ਵੀਡੀਓ ਇੱਕ ਸੁਨੇਹਾ ਦੇਣ ਵਾਸਤੇ ਜਾਂ ਮੈਸੇਜ ਦੇਣ ਵਾਸਤੇ ਕਹਿ ਲਓ, ਚਾਹੇ ਕੋਈ ਵਿਅੰਗ ਕਰਨ ਵਾਸਤੇ ਵੀਡੀਓ ਬਣਾਈ ਆ ਅਤੇ ਸਾਨੂੰ ਭੇਜੀ ਹੈ, ਪਰ ਇਹ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹ ਵੀਡੀਓ ਦੇਖੋ, ਵੀਡੀਓ ਤੋਂ ਬਾਅਦ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਛੱਡੀਆਂ ਤੁਹਾਡੀਆਂ ਗੱਲ ਲਵਾਂਗੇ। ਆਈ ਡਾਕਟਰ ਨਵਦੀਪ ਸ਼ਰਮਾ ਉਹ ਅੱਜ ਨਹੀਂ ਆ ਰਹੇ, ਉਹਨਾਂ ਨੂੰ ਕੰਮ ਹੈ, ਫਿਰ ਵੀ ਤੁਹਾਡਾ ਕੋਈ ਉਹਨਾਂ 'ਤੇ ਸਵਾਲ ਹੋਵੇ ਤਾਂ ਉਹ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ, ਮੈਂ ਉਹਨਾਂ ਨੂੰ ਸਵਾਲ ਤੁਹਾਡਾ ਪੁੱਛ ਦੂੰਗਾ, ਤੁਹਾਡਾ ਨੰਬਰ ਉਹਨਾਂ ਨੂੰ ਦੇ ਦੂੰਗਾ। ਪਰ ਹੁਣ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇਹ ਵੀਡੀਓ ਤੁਸੀਂ ਆਨੰਦ ਮਾਣੋਗੇ ਅਤੇ ਨਾਲ ਦੀ ਨਾਲ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆ ਕੇ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। मास्क दूल्हा दुल्हन एक दूसरे को मास्क पहनाएंगे, समर्पियां में फर्जी मास्क पहनाओ, ओ मास्क सैनिटाइजर समर्पियां में। वर्ल्ड नर्सेस डे है जी, अज ਇਹ 6 ਮਈ ਤੋਂ 12 ਮਈ ਤੱਕ ਹੁੰਦਾ ਅਲੱਗ ਅਲੱਗ ਮੁਲਕਾਂ ਦੇ ਵਿੱਚ, ਸੋ ਸਲਿਊਟ ਇਸ ਕਰਕੇ ਕਰਨਾ ਬਣਦਾ। ਸਭ ਤੋਂ ਵੱਧ ਅਗਰ ਫਰੰਟ ਲਾਈਨਰ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਵੀ ਜਿਹੜਾ ਡਾਕਟਰੀ ਪੇਸ਼ੇ ਵਾਲੇ ਲੋਕ ਨੇ ਉਹ ਨਹੀਂ, ਖਾਸ ਤੌਰ 'ਤੇ ਨਰਸ ਜਿਹੜੀਆਂ ਹੈਗੀਆਂ ਨੇ, ਅਤੇ ਉਹਨਾਂ ਨੂੰ ਅਸੀਂ ਸਲਿਊਟ ਕਰਦੇ ਹਾਂ। ਅੱਜ ਦਾ ਸਾਡਾ ਪ੍ਰੋਗਰਾਮ ਵੀ ਨਰਸ ਨੂੰ ਸਮਰਪਿਤ ਰਹੇਗਾ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਨਰਸ ਹੈ ਅਤੇ ਉਹਨਾਂ ਦੀ ਵੀ ਗੱਲ ਕਰ ਸਕਦੇ ਹੋ ਕਿ ਉਹਨਾਂ ਨਾਲ ਵਾਹ ਵਾਸਤਾ ਪਿਆ ਪਿਛਲੇ ਦਿਨਾਂ ਦੇ ਵਿੱਚ। ਪਰ ਨਾਲ ਨਾਲ ਥੋੜ੍ਹਾ ਜਿਹਾ ਆਪਾਂ ਉਹਨੂੰ ਪਿਛਲੇ ਸਮੇਂ ਨੇ ਵੀ ਯਾਦ ਕਰ ਲੈਂਦੇ ਜੀ, ਨਰਸਾਂ ਤਾਂ ਪਹਿਲਾਂ ਵੀ ਹੁੰਦੀਆਂ ਸੀ ਜੋ ਪੰਜਾਬ 'ਚ ਹੁੰਦੇ ਸੀ, ਖਾਸ ਤੌਰ 'ਤੇ ਸਰਕਾਰੀ ਹਸਪਤਾਲਾਂ ਦੀਆਂ ਨਰਸਾਂ ਤਾਂ ਵਾਹ ਪਿਆ ਹੀ ਹੋਏਗਾ ਵਿਆਹ ਵਾਸਤਾ। ਅੱਛਾ ਇੱਕ ਗੱਲ ਹੋਰ, ਪਹਿਲਾਂ ਮੈਂ ਸੋਚਦਾ ਨਰਸ ਜਿਹੜੀ ਹੈ ਉਹ ਕੁੜੀਆਂ ਨੂੰ ਹੀ ਸਮਝਦੇ ਸੀ ਵੀ ਨਰਸ,
ਉਹ ਭਾਈ ਜਦੋਂ ਇੱਧਰ ਆਏ ਨਵੇਂ ਨਵੇਂ ਪਤਾ ਲੱਗਿਆ ਪੁੱਛਿਆ ਤਾਂ ਕਹਿੰਦੇ ਮੁੰਡਾ ਕਰਦਾ ਮੁੰਡਾ ਤਾਂ ਕਹਿੰਦਾ ਜੀ ਨਰਸ ਲੱਗਿਆ ਹੋਇਆ ਜੀ ਨਰਸ ਲੱਗੀ ਹੋਈ ਕਹੋ ਜਾਂ ਕੋਈ ਡਾਕਟਰ ਲੱਗਿਆ ਹੋਇਆ ਉਹ ਕਹਿੰਦੇ ਨਹੀਂ ਜੀ ਬੰਦੇ ਵੀ ਨਰਸ ਹੁੰਦੇ ਨੇ ਐਸੀ ਗੱਲ ਨਹੀਂ ਹੈਗੀ ਸੋ ਇਹ ਬਾਅਦ ਦੇ ਵਿੱਚ ਇਹ ਗੱਲ ਪਤਾ ਲੱਗੀ ਵੀ ਬੰਦੇ ਵੀ ਨਰਸ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਭਾਰਤ ਵਿੱਚ ਇਹੀ ਸੀਗਾ ਵੀ ਨਰਸ ਜਿਹੜੀਆਂ ਕੁੜੀਆਂ ਹੀ ਹੁੰਦੀਆਂ ਨੇ ਪੰਜਾਬ ਦੀਆਂ ਸਰਕਾਰੀ ਹਸਪਤਾਲਾਂ ਦੀਆਂ ਨਰਸਾਂ ਅਕਸਰ ਵਾਹ ਪਿਆ ਵਾ ਚੰਗਾ ਮਾੜਾ ਸੋ ਅਸੀਂ ਡਾਕਟਰੀ ਪੇਸ਼ੇ ਦੀ ਅੱਜ ਗੱਲ ਕਰਾਂਗੇ ਡਾਕਟਰੀ ਪੇਸ਼ੇ ਦਾ ਵਾਹ ਵਾਸਤਾ ਜਿਹੜਾ ਹੈਗਾ ਡਾਕਟਰੀ ਪੇਸ਼ਾ ਚੰਗਾ ਜਾਂ ਮਾੜਾ ਪਹਿਲਾਂ ਇਹ ਕਹਿੰਦੇ ਸੀ ਬੜਾ ਪਵਿੱਤਰ ਸਭ ਤੋਂ ਇਮਾਨਦਾਰ ਮਹਿਕਮਾ ਗਿਣਿਆ ਜਾਂਦਾ ਸੀਗਾ ਡਾਕਟਰੀ ਪੇਸ਼ਾ ਅਤੇ ਨਾਲ ਦੇ ਨਾਲ ਸੈਨਾ ਜਿਹੜੀ ਹੈ ਫੌਜ ਦੀ ਗੱਲ ਅਸੀਂ ਕਰਦੇ ਹਾਂ ਪਰ ਹੁਣ ਸ਼ਾਇਦ ਦੋਹਾਂ ਦੇ ਵਿੱਚ ਹੀ ਘੁਸਪੈਠ ਹੋ ਗਈ ਆ ਡਾਕਟਰੀ ਪੇਸ਼ੇ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਬੜਾ ਕੁਛ ਐਸਾ ਸਾਂਝਾ ਕੀਤਾ ਜਿਹੜਾ ਲਾਹਣਤਾ ਪਾਉਂਦਾ ਡਾਕਟਰੀ ਪੇਸ਼ੇ ਵਾਲਿਆਂ ਨੂੰ ਜਿਹੜੇ ਇੱਦਾਂ ਕਰਦੇ ਸੀਗੇ ਪੈਸੇ ਇੰਨੇ ਇੰਨੇ ਕਮਾਏ ਇੰਨੇ ਇੰਨੇ ਲਏ ਨੇ ਔਰ ਹਸਪਤਾਲਾਂ ਨੇ ਕਰੋਨਾ ਦੇ ਨਾਂ 'ਤੇ ਡੈੱਡ ਬੋਡੀਆਂ ਦੇ ਵਪਾਰ ਕੀਤੇ ਨੇ ਉਹ ਅਸੀਂ ਜ਼ਿਕਰ ਕਰਦੇ ਸੀ ਪਰ ਅਸੀਂ ਉਹਨੂੰ ਇੱਕ ਪਾਸੇ ਰੱਖ ਕੇ ਚੰਗਾ ਪੱਖ ਜਿਹੜਾ ਉਹ ਸਾਂਝਾ ਕਰਨਾ ਵੈਸੇ ਜਿੱਥੇ ਕਿ ਚੰਗਾ ਪੱਖ ਹੁੰਦਾ ਮਾੜੇ ਪੱਖ ਵੀ ਨਾਲ ਨਾਲ ਹੁੰਦੇ ਨੇ ਕਾਲਾਂ ਤੁਹਾਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਜ਼ਰੂਰ ਆਪਾਂ ਫਟਾਫਟ ਸ਼ੁਰੂ ਕਰ ਦੇਵਾਂਗੇ ਅਤੇ ਮੈਂ ਨਰਸਾਂ ਦੀ ਗੱਲ ਕਰ ਰਿਹਾ ਸੀ ਯਾਦ ਕਰ ਰਿਹਾ ਸੀ ਪੰਜਾਬ ਦੀਆਂ ਸਰਕਾਰੀ ਹਸਪਤਾਲ ਦੀਆਂ ਨਰਸਾਂ ਜਦੋਂ ਕਿਤੇ ਬੰਦਾ ਐਡਮਿਟ ਹੁੰਦਾ ਸੀ ਉਹਨੂੰ ਚੰਗੀ ਤਰ੍ਹਾਂ ਪਤਾ ਹੋਣਾ ਪੱਖੇ ਪੁੱਖੇ ਤਾਂ ਚੱਲਦੇ ਨਹੀਂ ਹੁੰਦੇ ਸੀ ਹਸਪਤਾਲਾਂ ਦੇ ਕਬੂਤਰ ਵੀ ਦਿਖ ਜਾਂਦੇ ਹੁੰਦੇ ਰੋਸ਼ਨਦਾਨਾਂ ਵੀ ਬੈਠੇ ਬੂਠੇ ਅਤੇ ਨਰਸਾਂ ਜਿਹੜੀਆਂ ਹੁੰਦੀਆਂ ਸੀ ਉਹ ਮਰੀਜ਼ ਦੇ ਟੀਕਾ ਹੱਥ 'ਚ ਫੜਿਆ ਹੁੰਦਾ ਸੀਗਾ ਅਤੇ ਟੀਕਾ ਹੱਥ 'ਚ ਫੜ ਕੇ ਮਰੀਜ਼ ਵੇਖੀ ਜਾਂਦਾ ਅਤੇ ਪਹਿਲਾਂ ਉਹ ਧਾਫੜ ਕੇ ਪੂਰਾ ਨਾੜ ਜੀ ਕੱਢ ਲੈਂਦੀਆਂ ਮਾਰ ਮਾਰ ਕੇ ਅਤੇ ਉਦੋਂ ਬਾਅਦ ਟੀਕਾ ਹੱਥ 'ਚ ਫੜ ਕੇ ਅਤੇ ਉਹ ਸੀਰੀਅਲ ਦੀਆਂ ਗੱਲਾਂ ਕਰਨ ਲੱਗ ਪੈਂਦੀਆਂ ਹੁੰਦੀਆਂ ਫਲਾਨਾ ਹੋ ਗਿਆ ਧਮਕੜਾ ਹੋ ਗਿਆ ਫਲਾਨੇ ਕਿ ਪਤੀ ਛੋੜਦੀ ਆ ਉਸ ਕੋ ਫਲਾਨੇ ਕੋ ਉਸ ਕੋ ਛੋੜਦੀ ਆ ਉਹ ਮਰੀਜ਼ ਨੂੰ ਕਹਿਣਾ ਪੈਂਦਾ ਸੀ ਵੀ ਮੈਂ ਭੈਣ ਜੀ ਮੇਰੇ ਟੀਕਾ ਲਾ ਕੇ ਕੰਮ ਨਿਬੇੜੋ ਤੁਸੀਂ ਬਾਕੀ ਤੁਸੀਂ ਆਪਦੀਆਂ ਗੱਲਾਂ ਬਾਅਦ ਦੇ ਵਿੱਚ ਕਰੀ ਜਾਓ ਇਹ ਬੜਾ ਕੁਛ ਵਾਹ ਵਾਸਤਾ ਰਿਹਾ ਸਰਕਾਰੀ ਹਸਪਤਾਲਾਂ ਦੀਆਂ ਨਰਸਾਂ ਦਾ ਤੁਹਾਡਾ ਵੀ ਰਿਹਾ ਹੋਏਗਾ ਸਰਕਾਰੀ ਹਸਪਤਾਲਾਂ ਦੇ ਸਰਕਾਰੀ ਹਸਪਤਾਲਾਂ ਦਾ ਤਾਂ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲਾਂ ਅਸੀਂ ਗੱਲ ਕਰਦੇ ਹੁੰਦੇ ਸੀ ਵੀ ਜਿਹੜਾ ਜੇ ਕਹਿੰਦੇ ਵੀ ਵੈਸੇ ਨਾ ਡਾਕਟਰ ਨਾਲ ਨਾਰਾਜ਼ ਹੋਣਾ ਚਾਹੀਦਾ ਨਾ ਰੱਬ ਨਾਲ ਕਹਿੰਦੇ ਜੇ ਰੱਬ ਨਾਲ ਨਾਰਾਜ਼ ਹੋ ਜਾਓ ਤਾਂ ਉਹ ਡਾਕਟਰ ਕੋਲ ਭੇਜ ਦਿੰਦਾ ਅਤੇ ਡਾਕਟਰ ਕੋਲ ਜਾ ਕੇ ਡਾਕਟਰ ਨਾਲ ਨਾਰਾਜ਼ ਹੋਏ ਤਾਂ ਉਹ ਫਿਰ ਰੱਬ ਕੋਲ ਭੇਜ ਦਿੰਦਾ ਪਹਿਲੇ ਸਮਿਆਂ ਦੇ ਡਾਕਟਰੀ ਪੇਸ਼ੇ ਦੀ ਗੱਲ ਕਰੀਏ ਤਾਂ ਇਹ ਅਕਸਰ ਕਿਹਾ ਜਾਂਦਾ ਸੀ ਕਿ ਭਾਈ ਇਹਦਾ ਟਾਈਮ ਤਾਂ ਪੂਰਾ ਹੋ ਗਿਆ ਸੀ ਸਦਕੇ ਜਾਈਏ ਜਿਹਨੇ ਡਾਕਟਰ ਨੇ ਬਚਾ ਲਿਆ ਜਮਦੂਤਾਂ ਕੋਲ ਵੀ ਮੋੜ ਲਿਆ ਸਦਕੇ ਜਾਈਏ ਅਤੇ ਅੱਜ ਕੱਲ੍ਹ ਇਹ ਹੁੰਦਾ ਵੀ ਭਾਈ ਡਾਕਟਰ ਨੇ ਤਾਂ ਕੋਈ ਕਸਰ ਨਹੀਂ ਛੱਡੀ ਮਾਰਨ ਦੇ ਵਿੱਚ ਉਹ ਤਾਂ ਰੱਬ ਦਾ ਹੀ ਸ਼ੁਕਰ ਹੈ ਵੀ ਰੱਬ ਨੇ ਬਚਾ ਲਿਆ ਸੋ ਡਾਕਟਰੀ ਪੇਸ਼ੇ ਦੀਆਂ ਅੱਜ ਗੱਲਾਂ ਬਾਤਾਂ ਕਰਾਂਗੇ ਖਾਸ ਤੌਰ 'ਤੇ ਨਰਸ ਜਿਹੜੀਆਂ ਹੈਗੀਆਂ ਨੇ ਤੁਹਾਡੇ ਕੋਈ ਪਰਿਵਾਰ ਦੇ ਵਿੱਚੋਂ ਦੂਰੋਂ ਨੇੜਿਓਂ ਨਰਸਿਸ ਹੈਗੀਆਂ ਨੇ ਕੋਈ ਨਰਸਿਸ ਵੀ ਸੁਣ ਰਹੇ ਹੋਣ ਤਾਂ ਉਹ ਵੀ ਗੱਲ ਕਰ ਸਕਦੇ ਆ ਆਪਣਾ ਤਜ਼ਰਬਾ ਜਿਹੜਾ ਉਹ ਸਾਂਝਾ ਕਰ ਸਕਦੇ ਆ ਸੋ ਅਸੀਂ ਫਰੰਟ ਲਾਈਨਰ ਜਿੰਨੇ ਵੀ ਹੈਗੇ ਨੇ ਚੰਗੇ ਉਹਨਾਂ ਨੂੰ ਅਸੀਂ ਸਲਿਊਟ ਕਰਦੇ ਹਾਂ ਅਤੇ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਵੀ ਨਾਲ ਦੀ ਨਾਲ ਸ਼ੁਰੂ ਕਰਦੇ ਹਾਂ ਜੀ ਕਾਲ ਪਹਿਲਾਂ ਆਈ ਸੀਗੀ ਜੀ ਆ ਮੇਰੇ ਖਿਆਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ 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 ਹਾਂਜੀ ਘੁੰਮਣ ਸਾਹਿਬ ਅੱਜ ਇੱਕ ਨਿੱਕੀ ਜਿਹੀ ਕਵਿਤਾ ਕਹਾਣੀ ਹੈ ਤੁਸੀਂ ਸੁਣਾਇਆ ਵੀਡੀਓ ਵਿਖਾਈ ਹੈ ਬੜੇ ਰੰਗ ਬਦਲਦੀ ਹੈ ਭਾਈ ਜੀਵਨ ਦੇ ਰੰਗ ਬਦਲ ਗਏ ਨੇ ਜੀ ਪਿਆਰ ਦੇ ਢੰਗ ਬਦਲ ਗਏ ਨੇ ਇਹ ਕਵਿਤਾ ਨਿੱਕੀ ਜਿਹੀ ਜੀ ਛੋਟੀ ਹੋ ਰੱਖਿਓ ਘੁੰਮਣ ਸਾਹਿਬ ਦੁਨੀਆਂ ਦੇ ਰੰਗ ਹੈ ਚੰਗਾ ਦੁਨੀਆਂ ਦੇ ਰੰਗ ਜੀ ਵੇਖੀ ਜਾ ਤੂੰ ਦੁਨੀਆਂ ਦੇ ਰੰਗ ਬਦਲ ਰਹੇ ਨੇ ਜੀਵਨ ਦੇ ਢੰਗ ਜੀ ਬੱਚਾ ਜਦ ਛੋਟਾ ਜਿਹਾ ਹੋਏ ਜੀ ਮਾਂ ਦੇ ਦੁੱਧ ਲੈਣ ਲਈ ਰੋਏ ਬੋਤਲੀ ਚ ਦੁੱਧ ਦਿੰਦੇ ਨੇ ਢੰਗ ਦੇਖੀ ਜਾ ਤੂੰ ਦੁਨੀਆਂ ਦੇ ਰੰਗ ਦੁਨੀਆਂ ਰੰਗ ਜੀ ਅੱਗਿਆ ਜੀ ਬੱਚਾ ਜਦ ਸਕੂਲੇ ਜਾਏ ਬੱਚਾ ਜਦ ਸਕੂਲੇ ਜਾਏ ਜਾਏ ਪਾਰਾ ਬਸਾ ਮੁੰਡੇ ਦੇ ਪਾਏ ਜੀ ਇਹ ਨਾਲੋਂ ਬਸੇ ਦਾ ਪਾਰਾ ਹੁੰਦਾ ਜੀ ਬਿਲਕੁਲ ਬਿਲਕੁਲ ਹਾਂਜੀ ਹਾਂ ਅੱਗੇ ਆ ਜੀ ਜਾਪੇ ਜਿਵੇਂ ਕੁੱਲੀ ਗਿਆ ਰੰਗ ਵੇਖੀ ਜਾ ਤੂੰ ਦੁਨੀਆਂ ਦੇ ਰੰਗ ਬਦਲ ਰਹੇ ਨੇ ਜੀਵਨ ਦੇ ਢੰਗ ਜੀ ਬਹੁਤ ਮਿਹਰਬਾਨੀ ਜੀ ਘੁੰਮਣ ਸਾਹਿਬ ਜੀ ਮੁੰਡਾ ਜਦ ਕਾਲਜ ਵਿੱਚ ਜਾਏ ਜੀ ਜਦ ਕਾਲਜ ਵਿੱਚ ਜਾਏ ਪੀਰੀਅਡ ਘੱਟ ਹੀ ਉੱਥੇ ਲਾਏ ਸਿਰ ਦਾ ਇਹ
ਗਰਲਫ੍ਰੈਂਡ ਦੇ ਸੰਗ ਵੇਖੀ ਜਾ ਤੂੰ ਦੁਨੀਆਂ ਦੇ ਰੰਗ ਬਹੁਤ ਮਿਹਰਬਾਨੀ ਜੀ ਤੁਹਾਡੀ ਬਹੁਤ ਮਿਹਰਬਾਨੀ ਹੈ ਘੁੰਮਣ ਸਾਹਿਬ ਬਹੁਤ ਮਿਹਰਬਾਨੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਮਨਜੀਤ ਸਿੰਘ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਂਜੀ ਪੂਰੀ ਵੇਸਟਰਾ ਵੀ ਨਾਲ ਤੇ ਨਾਲ ਕਹਿਣਾ ਇੱਕ ਬੰਦਾ ਆ ਰਾਤ ਨੂੰ ਚਾਹੀਦਾ ਈ ਦਿਨ ਵੀ ਘੁੰਮ ਚਾਹੀਦਾ ਪੂਰਾ ਚੱਕਰ ਇਹ ਹੁੰਦਾ ਸੀਗਾ ਵੀ ਨਾਸਾਂ ਜਾ ਕੇ ਪੁਲਾਬ ਨੂੰ ਲਿਆ ਉਹ ਵੀ ਤਿੰਨ ਚਾਰ ਵਾਰੀ ਕਹਿਣਾ ਪੈਂਦਾ ਸੀ ਵੀ ਆ ਕੇ ਦੇਖ ਲਓ ਅਮਰੀ ਜੀ ਨੂੰ ਬਿਲਕੁਲ ਬਿਲਕੁਲ ਉਹ ਇਹ ਵੀ ਦੇਖਣ ਦੇ ਵਿੱਚ ਆਇਆ ਉਹ ਆਪਣੀਆਂ ਗੱਲਾਂ ਮਾਰੀ ਜਾਂਦੀਆਂ ਹੁੰਦੀਆਂ ਸੀ ਵੀ ਆਏ ਆਏ ਕੋਈ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਏਦਾਂ ਕਹਿ ਕੇ ਟਾਲ ਦਿੰਦੀਆਂ ਸੀ ਦੇਖਣਾ ਮੇਰੇ ਸਿਸਟਰ ਦਾਖਲ ਸੀਗੀ ਮੈਨੂੰ ਜਾ ਰਿਹਾ ਸਤਾਸੀ ਅਠਾਸੀ ਦੀ ਗੱਲ ਹੋਊਗੀ ਜਲੰਧਰ ਹੈ ਚਕੜੇ ਹੋਸਪਿਟਲ ਚ ਜੀ ਹਾਂ ਉਹ ਜਿੱਦਾਂ ਮੈਂ ਬਾਹਰੋਂ ਗਿਆ ਮੈਨੂੰ ਬੜਾ ਗੁੱਸਾ ਚੜਨਾ ਉਹ ਆਰਾਮ ਨਾਲ ਗੱਪਾਂ ਮਾਰੀ ਜਾਣੀਆਂ ਡਾਕਟਰ ਚ ਅਸੀਂ ਕਹਿਣਾ ਵੀ ਆਹ ਟੀਕਾ ਲਾਵਾ ਜਾਂ ਕੁਛ ਆ ਚੰਗੇ ਵੀ ਮਾੜੇ ਹੁੰਦੇ ਮਾੜੇ ਵੀ ਬਹੁਤ ਹੁੰਦੇ ਚੰਗੇ ਵੀ ਹੁੰਦੇ ਆ ਪਰ ਜਦੋਂ ਦੇ ਪ੍ਰਾਈਵੇਟ ਹਸਪਤਾਲ ਆਏ ਆ ਨਾ ਜੀ ਉਦੋਂ ਦੀ ਲੁੱਟ ਖਸੁੱਟ ਬਹੁਤ ਵਧੀਆ ਜੀ ਬਾਕੀ ਹੁਣ ਹਾਲਾਤ ਪਤਾ ਸੁਧਰੇ ਹੋਣਗੇ ਤੁਹਾਨੂੰ ਪਤਾ ਹੋਊਗਾ ਹਾਂਜੀ ਫਰਕ ਪਿਆ ਜੀ ਪੰਜਾਬ ਦੇ ਹਾਲਾਤ ਤਾਂ ਕਾਫੀ ਬੈਲਦਾਰ ਲੱਗ ਰਿਹਾ ਮੇਰੇ ਹਿਸਾਬ ਨਾਲ ਹਾਂ ਨਹੀਂ ਠੀਕ ਹੈ ਪਰ ਹਜੇ ਉਹ ਗੱਲ ਨਹੀਂ ਹੈਗੀ ਪਰ ਠੀਕ ਹੈ ਇਹ ਅੱਗੇ ਨੂੰ ਮੂੜਾ ਕਹਿੰਦੇ ਕਹਿ ਸਕਦੇ ਹੀ ਪਿਆ ਆਪਾਂ ਠੀਕ ਤਾਂ ਨਹੀਂ ਕਹਿ ਸਕਦੇ ਚਲੋ ਮਿਹਰਬਾਨੀ ਜੀ ਤੁਹਾਡੀ ਬਹੁਤ ਓਕੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਬਹੁਤ ਮਿਹਰਬਾਨੀ ਸੁਖਦੇਵ ਸਿੰਘ ਜੀ ਹੋਰ ਸੁਣਾਓ ਠੀਕ ਠਾਕ ਹੈ ਜੀ ਸਭ ਹਾਂਜੀ ਡਾਕਟਰੀ ਪੇਸ਼ੇ ਦੀ ਆਪਾਂ ਗੱਲ ਕਰ ਰਹੇ ਜੀ ਡਾਕਟਰੀ ਪੇਸ਼ਾ ਇੱਧਰ ਵੀ ਅਸੀਂ ਅਮਰੀਕਾ ਦੇ ਵਿੱਚ ਵੀ ਦੇਖਿਆ ਡਾਕਟਰ ਨਰਸ ਜਿਹੜੀਆਂ ਨੇ ਕੋਰੋਨਾ ਦੇ ਦੌਰਾਨ ਕਿਸ ਤਰ੍ਹਾਂ ਉਹਨਾਂ ਨੇ ਕੰਮ ਕੀਤਾ ਅਤੇ ਭਾਰਤ ਦੇ ਵਿੱਚ ਵੀ ਅਸੀਂ ਦੇਖਦੇ ਸੁਣਦੇ ਰੋਜ਼ ਖਬਰਾਂ ਕਿ ਕੋਰੋਨਾ ਦੇ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ ਅਤੇ ਕੀ ਕਹਿਣਾ ਚਾਹੁੰਦੇ ਹੋ ਡਾਕਟਰੀ ਪੇਸ਼ੇ 'ਤੇ ਡਾਕਟਰੀ ਪੇਸ਼ਾ ਜੀ ਦੇਖਿਆ ਅਮੈਰੀਕਾ 'ਚ ਤਾਂ 30 ਸਾਲ ਹੋ ਗਏ ਮੈਨੂੰ ਵੀ ਇੱਥੇ ਦਾ ਡਾਕਟਰ ਦਾ ਇੰਪਾਰਸ਼ਲ ਆ ਬਿਲਕੁਲ ਸਹੀ ਇਲਾਜ ਕਰਦੇ ਤੁਹਾਡਾ ਗਾਈਡ ਵੀ ਸਹੀ ਕਰਦੇ ਆ ਬਿਲਕੁਲ ਇੰਡੀਆ 'ਚ ਤਾਂ ਲਾਸ਼ਾਂ ਪਈਆਂ ਰਹਿੰਦੀਆਂ ਕਹਿੰਦੇ ਵੈਂਟੀਲੇਸ਼ਨ 'ਤੇ ਲਾਈਏ ਬਿੱਲ ਵਧਾਈ ਜਾਂਦੇ ਆ ਬਹੁਤ ਹੀ ਆ ਇਹਨਾਂ ਦਿਨਾਂ ਵਿੱਚ ਖਾਸ ਤੌਰ 'ਤੇ ਪਿਛਲੇ ਦਿਨਾਂ ਤੋਂ ਬੜਾ ਕਹਿੰਦੇ ਬੁਰਾ ਹਾਲ ਹੈਗਾ ਜੀ ਉੱਥੇ ਕੋਈ ਦੀਨ ਧਰਮ ਨਹੀਂ ਕੋਈ ਜਗ੍ਹਾ ਨਹੀਂ ਮਿਲੀ ਉਹਨਾਂ ਨੂੰ ਫੋਕਣ ਨੂੰ ਜਗ੍ਹਾ ਨਹੀਂ ਮਿਲੀ ਤੇ ਨਹਿਰਾਂ ਜੀ ਗੰਗਾ ਸਿੱਟੀਆਂ ਹਾਂ ਗੱਡੀਆਂ ਦੱਸ ਰਹੀ ਖਬਰਾਂ ਕੋਈ ਦੀਨ ਧਰਮ ਨਹੀਂ ਉੱਥੇ ਰਿਹਾ ਜੀ ਤੇ ਕੋਈ ਇਮਾਨ ਨਹੀਂ ਰਿਹਾ ਤੇ ਨਾਲ ਨਾਲ ਕੋਈ ਕਾਨੂੰਨ ਨਹੀਂ ਰਿਹਾ ਉੱਥੇ ਹਾਂਜੀ ਹਾਂਜੀ ਇਹ ਤਾਂ ਚੰਗਾ ਅਮਰੀਕਾ ਦੇ ਕਰਕੇ ਬਚੇ ਆ ਪੁੱਤੇ ਹੁੰਦੇ ਤਾਂ ਪਤਾ ਨਹੀਂ ਕੀ ਹੋਣਾ ਬਿਲਕੁਲ ਜੀ ਬਿਲਕੁਲ ਉੱਥੇ ਵਾਲੇ ਬੰਦਿਆਂ ਨੂੰ ਹੀ ਪਤਾ ਵਾ ਵਾ ਡਾਕਟਰ ਨਹੀਂ ਆ ਰਹੇ ਨਵਦੀਪ ਸਿੰਘ ਨਹੀਂ ਅੱਜ ਨਹੀਂ ਆ ਰਹੇ ਜੀ ਅੱਜ ਤੁਸੀਂ ਦੱਸ ਦਿਓ ਜੇ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਮੈਂ ਕਾਲ ਹੋਲਡ ਕਰ ਦਈਏ ਹੋਰ ਇੱਕ ਫਿਰ ਗੱਲ ਕਰਦੇ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ 4 2 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਜੀ ਅੱਛਾ ਫਿਰ ਉਹਨਾਂ ਨੇ ਕੋਈ ਦੱਸ ਦੇਗਾ ਘਰ ਆ ਕੇ ਵੀ ਕਿਹੋ ਜਿਹਾ ਕਿ ਮਾਹੌਲ ਉੱਥੇ ਕਿਵੇਂ ਪੇਸ਼ੈਂਟ ਵਗੈਰਾ ਉੱਥੇ ਜਿਵੇਂ ਇੰਡੀਆ 'ਚ ਹਾਲ ਹੈਗਾ ਅੱਜ ਮੈਂ ਗੋਡੇ ਸਰਜਰੀ ਕਰਾ ਕੇ ਲਈ ਵਧੀਆ ਕੁੜੀਆਂ ਕੰਮ ਕਰਦੀਆਂ ਭੱਜੀਆਂ ਬੈਠੀਆਂ ਵਿਚਾਰੀਆਂ ਵਾਹ ਜੀ ਵਾਹ ਵਾਹ ਜੀ ਵਾਹ ਦੇਖੋ ਜੀ ਉੱਧਰ ਤਾਂ ਹਾਂਜੀ ਗੋਡੇ ਸਰਜਰੀ ਹੋਈ ਅੱਜ ਮੈਨੂੰ ਉੱਥੇ ਲੈ ਕੇ ਆਪਦੇ ਹਸਪਤਾਲ 'ਚ ਅੱਛਾ 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 ਤੇ ਨਹੀਂ ਕੋਰੋਨਾ ਦੇ ਵਿੱਚ ਲੱਗੀ ਸੀ ਡਿਊਟੀ ਕਿਸੇ ਦੀ ਹਾਂ ਹਾਂ ਕੋਰੋਨਾ 'ਚ ਵੀ ਲੱਗੀਆਂ ਸੀ ਕੋਰੋਨਾ ਵੀ ਉਹਨਾਂ ਕੋਲ
ਵਾਹ ਜੀ ਵਾਹ, ਚਲੋ ਮਿਹਰਬਾਨੀ ਜੀ ਬਹੁਤ। ਆਉਂਦੀਆਂ ਵਿਚਾਰੀਆਂ ਨੇੜੇ ਲਾਉਂਦੀਆਂ ਨਾਉਂਦੀਆਂ ਹਾਂ, ਫਿਰ ਆ ਕੇ ਸਹੀ ਜਾਂਦੀਆਂ। ਇਹ ਦੇਖੋ ਜੀ ਸਲਿਊਟ ਆ ਇੱਥੇ ਨਰਸਾਂ ਨੂੰ, ਪਹਿਲਾਂ 2-2 ਸਾਲ ਦੇ ਬੱਚੇ ਜਿਹੜੇ ਤਰਸਦੇ ਆਪਣੀ ਮਾਂ ਨੂੰ ਮਿਲਣ ਲਈ ਘਰੋਂ ਆ ਕੇ ਬਾਹਰੋਂ ਬਾਹਰ ਗਰਾਜ ਦੇ ਵਿੱਚ ਹੀ ਰਹਿਣਾ ਤੇ ਬਾਹਰੋਂ ਬਾਹਰ ਹੀ ਕਰਨਾ, ਤੇ ਕਿੰਨਾ ਇਹ ਕੁਰਬਾਨੀ ਆ ਜੀ, ਬਹੁਤ ਵੱਡੀ, ਬਹੁਤ ਵੱਡੀ ਦੇਣ ਹੈ ਨਰਸਾਂ ਦੀ ਸਾਡੇ ਸਮਾਜ ਨੂੰ। ਦੋ ਕੁੜੀਆਂ ਸਾਡੀਆਂ ਮੇਰੇ ਭਤੀਜੇ ਨੂੰ ਲੱਗੀ ਵੀ ਇੰਡੀਆ 'ਚ। ਅੱਛਾ ਜੀ, ਗਵਰਨਮੈਂਟ 'ਚ ਇੱਕ ਮੋਗੇ ਲੱਗੀ ਮੈਨੂੰ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਹੈਲੋ, ਮੇਰੇ ਖਿਆਲ ਇਹ ਮਾਸੀ ਦਾ ਨੰਬਰ ਹੈ ਜੀ, 209 ਤੋਂ। ਚਲੋ ਜੀ, ਦਵਾ ਹੋਲਡ ਕਰਨਾ, ਫਿਰ ਦੁਬਾਰਾ ਤੁਸੀਂ ਆਏ ਤਾਂ ਫਿਰ ਆਪਾਂ ਗੱਲ ਕਰ ਲਾਂਗੇ ਜੀ ਫੋਨ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸੁੰਦਰ ਸਿੰਘ ਜੀ। ਹਾਂ ਜੀ, ਜਗਤਾਰ ਸਿੰਘ ਜੱਗੀ, ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸਵਾਗਤ ਜੀ। ਹਾਂਜੀ, ਹੋਰ ਕੀ ਹਾਲ ਚਾਲ ਹੈ ਜੀ? ਕਿਤੇ ਇੰਡੀਆ ਦੇ ਵਿੱਚ ਵਾਹ ਵਾਸਤਾ ਪਿਆ ਜੀ, ਆਪਾਂ ਡਾਕਟਰੀ ਪੇਸ਼ ਦੀ ਅੱਜ ਖਾਸ ਤੌਰ 'ਤੇ ਗੱਲ ਕਰ ਰਹੇ ਹਾਂ, ਕਿਉਂਕਿ ਇਹ ਇੱਕ ਤਾਂ ਨਰਸਿਸ ਡੇ ਹੈਗਾ ਅੱਜ, 6 ਮਈ ਤੋਂ ਲੈ ਕੇ ਅਤੇ ਇਹ 12 ਮਈ ਤੱਕ ਹੁੰਦਾ। 1965 ਦੇ ਵਿੱਚ ਪ੍ਰੋਪਰ ਕਹਿੰਦੇ ਸ਼ੁਰੂ ਹੋਇਆ ਸੀਗਾ, ਤਾਂ ਉੱਦਾਂ 1953 ਕੁ ਤੋਂ ਸ਼ਾਇਦ ਮਾੜੇ ਕਿਸੇ ਨਾ ਕਿਸੇ ਦੇਸ਼ ਨੇ ਸ਼ੁਰੂ ਕਰਤਾ ਸੀ ਨਰਸਿਸ ਦੀ ਸਨਮਾਨ ਵਾਸਤੇ। ਜੀ ਵਾਸਤਾ ਤਾਂ ਪੈਂਦਾ ਰਹਿੰਦਾ ਸੀ, ਚਲੋ ਕੋਈ ਨਾ ਕੋਈ ਬਿਮਾਰ ਹੋਇਆ ਰਹਿੰਦੇ। ਸਾਡੇ ਇੱਕ ਭੈਣ ਜੀ ਸੀਗੇ ਨਰਸ, ਬਹੁਤ ਵਧੀਆ ਸੀਗੇ ਸਾਡੇ ਪਿੰਡ ਦੇ ਹਸਪਤਾਲ 'ਚ। ਅੱਛਾ ਜੀ। ਅਤੇ ਇੱਥੇ ਤਾਂ ਹੁਣ ਸਾਡੀਆਂ 4-5 ਕੁੜੀਆਂ ਆਪਣੀਆਂ ਨਰਸਾਂ ਆ ਜੀ। ਵਾਹ ਜੀ ਵਾਹ। ਮੇਰੀ ਗੁੱਡੀ ਵੱਡੀ ਆ ਰਹੀ ਨਰਸ ਆ, ਅਤੇ ਇੱਕ ਮੇਰੇ ਵੀਰੇ ਦੀ ਆ, 2 ਹੋਰ ਸਾਡੀਆਂ ਕੁੜੀਆਂ ਭਾਣਜੀਆਂ, 3 ਸਾਡੀਆਂ ਕਨੇਡਾ, 2 ਭਾਣਜੀਆਂ, ਉਹ ਪੜ੍ਹਾਉਂਦੀਆਂ ਨਰਸਾਂ ਨੂੰ ਜਿੱਦਾਂ। ਵਾਹ ਜੀ ਵਾਹ। ਅੱਛਾ, ਇੱਕ ਚੀਜ਼ ਦੇਖਣ ਵਾਲੀ, ਆਪਾਂ ਇੱਧਰ ਤਾਂ ਖੈਰ ਇਸ ਤਰ੍ਹਾਂ ਦਾ ਕਦੇ ਨਹੀਂ ਲੱਗਿਆ ਵੀ ਕਿਸੇ ਦਾ ਸੁਭਾਅ ਔਖਾ, ਪੰਜਾਬ ਦੇ ਵਿੱਚ ਹਸਪਤਾਲ ਦੀ ਗੱਲ ਕਰੀਏ ਤਾਂ ਇੱਕ ਅੱਧੀ ਨਰਸ ਇੰਨੀ ਕੁ ਕੁੜੱਤਣ ਜਿਹੀ ਵਾਲੀ ਜ਼ਰੂਰ ਹੁੰਦੀ ਸੀ ਵੀ ਜਿਹਦਾ ਹਿਸਾਬ ਕੋਈ ਨਹੀਂ, ਜਿਹਨੇ ਨਾ ਤਾਂ ਸਿੱਧੇ ਮੂੰਹ ਦੇਖਣਾ ਅਤੇ ਨਾ ਸਿੱਧੇ ਮੂੰਹ ਗੱਲ ਕਰਨੀ। ਹੈ ਤਾਂ ਇੱਧਰ ਵੀ ਬਹੁਤ ਹੈ, ਪਰ ਇੱਥੇ ਕਾਨੂੰਨ ਦਾ ਡੰਡਾ ਬਹੁਤ ਹੈ ਜੱਗੀ ਜੀ। ਇੱਥੇ ਤਾਂ 2 ਵਾਰੀ ਨਾ ਜਾਓ ਤਾਂ ਉਸੇ ਵੇਲੇ ਉਹ ਸ਼ਿਕਾਇਤ ਕਰ ਦਿੰਦੇ ਆ ਨਰਸਾਂ ਦੀ। ਨਹੀਂ, ਅਸੀਂ ਆਹ ਗੱਲ ਕਰਦੇ ਹਾਂ, ਬੰਦੇ ਦਾ ਆਪੋ ਆਪਣਾ ਹਿਸਾਬ ਹੁੰਦਾ। ਅਸੀਂ ਬੱਚੇ ਨੂੰ ਲੈ ਕੇ ਗਏ ਇੱਥੇ ਡਾਕਟਰ ਕੋਲ, ਨਵਾਂ ਡਾਕਟਰ ਚੇਂਜ ਕੀਤੀ, ਉਹ ਲੇਡੀ ਡਾਕਟਰ ਸੀ, ਅਤੇ ਉਹਨੇ ਨਹੀਂ ਤਾਂ ਆਮ ਬੱਚੇ ਨੂੰ, ਛੋਟੇ ਬੱਚੇ ਨੂੰ ਉਹ ਪਹਿਲਾਂ ਗੱਲੀ ਲਾ ਕੇ ਕੁਛ ਕਰਕੇ ਅਤੇ ਫਿਰ ਟੀਕਾ ਲਾਉਂਦੇ ਨੇ। ਉਹਨੇ ਰੋਂਦੇ ਗਲਾਉਂਦੇ ਦੇ ਹੀ ਫੜ ਕੇ ਇੱਧਰੋਂ ਖਿੱਚ ਉੱਧਰੋਂ ਖਿੱਚ, ਅਤੇ ਉਹ ਕਰ ਕਰਾ ਕੇ, ਅਤੇ ਉਹਦੇ ਰੋਂਦੇ ਦੇ ਹੀ ਉਹਨੇ ਮਤਲਬ 6 ਦਿਨ ਟੀਕਾ ਠੋਕਤਾ। ਉਹਨੂੰ ਕਿਹਾ ਵੀ ਅਸੀਂ ਵੀ ਇੱਕ ਤਰੀਕਾ ਥੋੜ੍ਹੀ ਆ, ਉਹਨੇ ਮੰਨੀ ਨਹੀਂ। ਮਤਲਬ ਮੈਂ ਇੱਧਰ ਵੀ ਹੈਗੇ ਇਹੋ ਜਿਹੇ ਲੋਕ, ਐਸੀ ਗੱਲ ਨਹੀਂ ਹੈ। ਇੱਧਰ ਬਹੁਤ ਜ਼ਿਆਦਾ ਹੁਣ ਕਮਿਊਨਿਟੀ ਨੂੰ ਨਿੰਦਣਾ ਚਾਹੀਦਾ, ਜਿਹੜਾ ਫੀਨਾ ਮੁੱਲਕ ਆ ਉਹ ਬਹੁਤ ਜਾਲ ਸਾਜ ਆ, ਬੜੀਆਂ ਕੌੜੀਆਂ ਉਹ ਕੁੜੀਆਂ ਆ, ਤਜਰਬਾ ਹੁੰਦਾ ਰਹਿੰਦਾ। ਨਾਲੀਆਂ ਨਰਸਾਂ ਨਾਲ ਵੀ ਬਹੁਤ ਉਹ ਕੌੜਾ ਵਰਤਾਅ ਕਰਦੀਆਂ ਆ। ਅੱਛਾ, ਅਤੇ ਹਾਂ ਜੀ, ਅਤੇ ਬਹੁਤ ਵਿੱਚ ਇਹਨਾਂ ਦੇ ਵੀ ਜਹਿਲ ਸਾਜੀ ਬਹੁਤ ਆ, ਪਰ ਇੱਥੇ ਕਾਨੂੰਨ ਦਾ ਡੰਡਾ, ਇਹਨਾਂ ਨੂੰ ਕਾਨੂੰਨ 'ਚ ਰਹਿ ਕੇ ਕਰਨਾ ਪੈਂਦਾ। ਹੋ ਤਾਂ ਇੱਥੇ ਵੀ ਬਹੁਤ ਕੁਛ ਹੁੰਦਿਆਂ ਵੀ ਹੁੰਦਾ ਆ, ਬਿਲਕੁਲ, ਪਰ ਇਹ ਕਾਨੂੰਨ ਬਹੁਤ, ਇੱਥੇ ਲੋਕ ਮਾੜਾ ਜਿਹਾ ਨਾ ਉਹ ਹਾਕ ਮਾਰਨ ਆਵੇ ਤਾਂ ਉਸ ਵੇਲੇ ਸ਼ਿਕਾਇਤ ਕਰ ਦਿੰਦੇ ਆ। ਜੀ ਜੀ, ਮਾੜਾ ਜਿਹਾ ਹੋਲਡ ਰੱਖਿਓ ਆਪਣਾ, ਮਾੜਾ ਸਿੰਘ ਜੀ, ਮਾੜਾ ਹੋਲਡ ਰੱਖਿਓ। ਹਾਂਜੀ ਹਾਂਜੀ, ਹੁਣ ਕਰੋ ਜੀ ਕੰਟੀਨਿਊ। ਜਿਹੜੀਆਂ ਗੌਰਮੈਂਟ ਇੰਸ਼ੋਰੈਂਸ ਆ ਉਹਨਾਂ ਨੂੰ ਸੱਦੀ ਰੱਖਦੇ 15 ਦਿਨੀ, ਜਿਹੜੀਆਂ ਦੂਜੀਆਂ ਉਹਨਾਂ ਨੂੰ 3 ਮਹੀਨੇ ਵੀ ਨਹੀਂ ਸੱਦੇ। ਕਿਉਂ ਇੰਸ਼ੋਰੈਂਸ ਵਾਲੇ ਭਾਈ, ਸਾਡਾ ਮਰੀਜ਼ ਕਿਉਂ ਸੱਦਿਆ ਤੁਸੀਂ, ਕੀ ਗੱਲ ਸੀ? ਜਿਹੜੇ ਸਾਡੇ ਗੌਰਮੈਂਟ ਵਾਲੇ ਅਸੀਂ ਵਿਹਲੇ, ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ, ਮਰੀਜ਼ ਚੈੱਕ ਕਰਕੇ ਬਿੱਲ ਭੇਜਣਾ, ਗੌਰਮੈਂਟ ਨੂੰ ਬਿੱਲ ਪੇ ਕਰ ਦੇਣਾ ਆ। ਸੋ ਇੱਕ ਹੁੰਦਾ ਤਾਂ ਇੱਥੇ ਵੀ ਬਹੁਤ ਕੁਛ ਹੈ, ਇਹੋ ਜਿਹੀ ਗੱਲ ਨਹੀਂ, ਬੜੀਆਂ ਹੇਰਾ ਫੇਰੀਆਂ ਰੋਜ਼ ਹੀ ਕੋਈ ਨਾ ਕੋਈ ਡਾਕਟਰ ਦੇਖ ਲਓ ਫੜਿਆ ਹੁੰਦਾ ਜੀ। ਜੀ ਜੀ, ਚਲੋ। ਅਤੇ ਬਾਕੀ ਕਹਿੰਦੇ ਉੱਥੇ ਦਾ ਹਾਲ ਤਾਂ, ਕਹਿੰਦੇ ਬੋਲ ਬਾਲਾ ਝੂਠ ਦਾ ਹਰ ਪਾਸੇ ਚੱਲਦਾ ਹੈ, ਸੱਚ ਤਾਂ ਬੈਠਾ ਹੱਥ ਹੀ ਮਲਦਾ ਹੈ। ਜੀ, ਬੋਲ ਬਾਲਾ ਝੂਠ ਦਾ ਅਰਥ ਚੱਲਦਾ ਹੈ, ਸੱਚ ਦਾ ਬੈਠਾ ਹੱਥ ਹੀ ਮਲਦਾ ਹੈ, ਸੱਚ ਦਾ ਨਾ ਵਿਕਦਾ ਦੁੱਧ ਵੀ, ਹੁਣ ਤਾਂ ਝੂਠ ਦਾ ਯਾਰ ਉਹ ਸਿੱਕਾ ਬੜਾ ਚੱਲਦਾ, ਝੂਠ ਦੀ ਹਰ ਕੋਈ ਕਰੇ ਬਗਾਰ ਪੂਰੀ, ਸੱਚੇ ਤੋਂ ਹੁਣ ਹਰ ਕੋਈ ਲੱਗੇ ਟੱਲਦਾ ਹੈ, ਝੂਠ ਨਿਤ ਮਾਰ ਕਲਕਾਰੀ ਜੰਮਦਾ, ਸੱਚ ਦਾ ਤਾਂ ਲੱਗੇ ਸੇਵਾ ਹੀ ਬਲਦਾ ਹੈ, ਸੱਚ ਦਾ ਤਜਰਬਾ ਬੁੱਢਾ ਜਿਹਾ ਜਾਪੇ, ਮਾਤ ਪਾਉਂਦਾ ਝੂਠ ਜਵਾਕ ਕੱਲ ਦਾ ਹੈ, ਝੂਠ ਦਾ ਪੌਦਾ ਨਿਤ ਹਰਾ ਹੋਵੇ ਰੋਜ਼, ਸੱਚ ਪੁਰਾਣੀ ਚੀਜ਼ ਵਾਂਗ ਗੱਲਦਾ ਹੈ, ਅੰਨਾ ਹੋਇਆ ਸੱਚੀ ਕਾਨੂੰਨ ਜਾਪਦਾ ਹੁਣ, ਅੰਨਾ ਹੋਇਆ ਸੱਚੀ ਕਾਨੂੰਨ ਜਾਪਦਾ ਹੁਣ, ਤਾਂਹੀਓ ਤਾਂ ਰਾਮਦੇਵ ਦਾ ਗੋਹਾ ਥੈਂ ਥੈਂ ਮਲਦਾ ਹੈ, ਤਾਂਹੀਓ ਤਾਂ ਰਾਮਦੇਵ ਗੋਹਾ ਪਾਥੀਆਂ ਬਣਾ ਕੇ ਬਾਹਰ ਨੂੰ ਘੱਲਦਾ ਹੈ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਧੰਨਵਾਦ, ਬਹੁਤ ਮਿਹਰਬਾਨੀ। ਨਾਲ ਨਾਲ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ, ਤੁਹਾਡੀਆਂ ਕਾਲਾਂ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਹਾਜ਼ਰ ਹੈ ਜੀ। ਇੱਕ ਵਾਰ ਫਿਰ ਤੇ ਫਟਾਫਟ ਆਪਾਂ ਨਾਲ ਦੇ ਨਾਲ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਜਾਣਦੇ ਤੁਹਾਡੇ ਵਿਚਾਰ ਕੀ ਨੇ। ਡਾਕਟਰੀ ਪੇਸ਼ੇ ਬਾਰੇ ਅੱਜ ਗੱਲ ਚੱਲ ਰਹੀ ਹੈ, ਕੀ ਕਹਿਣਾ ਚਾਹੁੰਦੇ ਤੁਸੀਂ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਆਉਨੇ ਰਹੋ ਜੀ। ਮਾਸੀ ਜੀ, ਹੈਲੋ। ਹੈਲੋ, ਹਾਂਜੀ ਹਾਂਜੀ, ਫੋਨ ਮਿਲਾ ਕੇ ਮਿਲਦਾ ਤੁਸੀਂ, ਸਬਜ਼ੀ ਸੁਬਜ਼ੀ ਕੜਛੀ ਮਾਰ ਚੱਲ ਜਾਂਦੇ। ਹਾਂਜੀ ਚੰਗੀ ਸਾਹਿਬ, ਕੌਣ ਬੋਲਦੇ? ਇੰਡੀਆ ਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਨਰਸਾਂ ਇਹੋ ਜਿਹੀਆਂ ਨੇ ਜਿਹੜੀਆਂ ਅੱਧਾ ਮਰੀਜ਼ ਨੂੰ ਵੈਸੇ ਠੀਕ ਕਰਦੀਆਂ। ਹੈਲੋ, ਕਾਲ ਕੱਟ ਗਈ ਜੀ ਤੁਹਾਡੀ, ਆਪਣਾ ਦੁਬਾਰਾ ਕਰ ਸਕਦੇ ਜੀ ਇਹ ਆਪਣਾ। ਹਾਂਜੀ ਹਾਂਜੀ, ਧੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬਹੁਤ ਬਹੁਤ। ਅੱਛਾ, ਜਿਹੜਾ ਇਹ ਪਾਕਿ ਸੂਟਕੇਸ ਆਇਆ ਨਾ, ਇਹ ਅਪ੍ਰੈਲ 4 ਨੂੰ ਪਹੁੰਚਿਆ ਸੀ ਵਾਸ਼ਿੰਗਟਨ ਏਅਰਪੋਰਟ ਤੇ ਜੀ, ਪਰ ਖਬਰ ਉਹਨਾਂ ਨੇ ਹੁਣ ਕੱਢੀ ਆ ਇਹ। ਹਾਂਜੀ, ਹੁਣ ਉਹਦਾ ਕੋਈ ਪਤਾ ਅੱਗੇ ਇਹਦੀ ਖਬਰ ਕੋਈ ਅਪਡੇਟ ਹੈ ਜੀ ਤੁਹਾਡੇ ਕੋਲ? ਇਹਦੀ ਅਪਡੇਟ ਇਹ ਆ ਵੀ ਉਹ ਜਿਹੜਾ ਉੱਥੋਂ ਗੁਹਾ ਮੰਗਾਇਆ ਗਿਆ ਪਾਥੀਆਂ, ਹਾਂਜੀ, ਉਹ ਗਾਂ ਦੀਆਂ ਪਾਥੀਆਂ ਤਾਂ ਫਿਰ ਤੁਹਾਨੂੰ ਪਤਾ ਹੀ ਆ, ਫਿਰ ਇੱਥੇ ਕਿਸੇ ਗਹਿਮੀ ਨੇ ਮੰਗਾਈਆਂ ਹੋਣਗੀਆਂ, ਗਾਂ ਦੇ ਗੋਹੇ ਦੀਆਂ ਪਾਥੀਆਂ ਸੀ ਉਹ। ਹਾਂਜੀ ਹਾਂਜੀ, ਤੇ ਇਹ ਨਾਲੇ ਇੱਥੇ ਕੋਈ ਵੀ ਚੀਜ਼ ਅੱਗੇ ਲੰਘਣ ਨਹੀਂ ਦਿੰਦੇ, ਚਾਹੇ ਤੁਸੀਂ ਕਈ ਲੋਕ ਕਹਿੰਦੇ ਮੈਂ ਡੀ ਲਿਆ, ਫਲਾਣਾ ਲਿਆ, ਚਿੰਤਾ ਲਿਆ, ਪੌਦਾ ਲਿਆ ਆ, ਪਰ ਨਹੀਂ ਇੱਥੇ ਲੰਘਣ ਨਹੀਂ ਦਿੰਦੇ ਏਅਰਪੋਰਟ ਤੋਂ, ਕਿਉਂਕਿ ਉਹਨਾਂ ਦੇ ਵਿੱਚ ਜਰਮ ਵੱਖਰੇ ਹੁੰਦੇ ਨੇ ਤੇ ਪਾਥੀਆਂ ਦੇ ਵਿੱਚ ਬੈਕਟੀਰੀਆ ਜਰਮ ਇੱਥੇ ਆ ਕੇ ਬਿਮਾਰੀਆਂ ਫੈਲਾਉਂਦੇ ਨੇ। ਸਾਡੇ ਇੱਥੇ ਕੋਈ ਇੱਕ ਵਾਰੀ ਕਿਤੇ ਕੋਈ ਬੀਜ ਬੂਜ ਲਾਇਆ ਸੀ, ਉਹ ਬੀਜ ਬੀਜੇ ਤੇ ਉਹਨੇ ਤਾਂ ਦਰਖਤਾਂ ਦਾ ਦੂਜਿਆਂ ਦਾ ਵੀ ਸਤਿਆਨਾਸ਼ ਕਰਨਾ ਸ਼ੁਰੂ ਕਰਤਾ, ਸਾਰੇ ਦਰਖਤ ਕੱਟੇ ਉਹਨਾਂ ਨੇ। ਇਸ ਕਰਕੇ ਕੋਈ ਉੱਥੋਂ ਬੀਜ ਲਿਆ ਸਕਦਾ ਇਲੀਗਲ ਹੈ, ਜੇ ਕੋਈ ਬੰਦਾ ਲਿਆ ਤਾਂ ਮੇਰੇ
ਸਾਡੇ ਭਾਈ ਸਾਹਿਬ ਨੇ ਇੱਕ ਪਲਾਟ ਲੈ ਕੇ ਆਂਦਾ ਸੀ ਉਹ ਟਰਾਂਟੋ 에ਅਰਪੋਰਟ ਤੇ ਰੱਖ ਲਿਆ ਸੀ ਉਹਨਾਂ ਨੇ। ਆਹੋ ਜੀ ਵੈਸੇ ਲੈ ਆਉਂਦੇ ਕਈ ਕਈਆਂ ਦੇ ਲੰਘ ਜਾਂਦੇ ਨੇ ਕਈਆਂ ਦੇ ਮਾੜੇ ਜਿਹਾ ਹੋਲਡ ਰੱਖਿਓ। ਹਾਂਜੀ ਧੀਰ ਸਾਹਿਬ ਕਈਆਂ ਦੇ ਲੰਘ ਜਾਂਦੇ ਨੇ ਜੀ, ਕਈ ਲੈਰੂ ਆਏ ਨੇ ਮੈਂ ਕਈਆਂ ਦੇ ਦੇਖੇ ਲੱਗੇ ਇੰਡੀਆ ਦੇ ਵੀ। ਪਰ ਉਹ ਲਿਆਉਣੇ ਨਹੀਂ ਚਾਹੀਦੇ ਕਿਉਂਕਿ ਇੱਥੇ ਦਾ ਜਿਹੜਾ ਮਾਹੌਲ ਆ ਕੇ ਮੌਸਮ ਆ ਇੱਕ ਵੱਖਰੀ ਕਿਸਮ ਦਾ, ਉੱਥੇ ਦਾ ਹੋਰ ਕਿਸਮ ਦਾ। ਜੀ ਬਿਲਕੁਲ। ਅੱਛਾ ਹੁਣ ਤੁਸੀਂ ਡਾਕਟਰਾਂ ਦੇ ਪੇਸ਼ੇ ਦੀ ਗੱਲ ਕਰਦੇ ਹੋ, ਸਾਡੇ ਉੱਥੇ ਘਰਦਿਆਂ ਨੇ ਚਾਹੇ ਤੁਸੀਂ ਹੁਣ ਫੈਮਿਲੀ ਡਾਕਟਰ ਕਹਿ ਲਓ, ਲੁਧਿਆਣੇ ਡਾਕਟਰ ਕਿਹਾ ਵੀ ਡਾਕਟਰ ਬਾਗੀ ਰਾਮ ਚੋਪੜਾ, ਉਹ ਇੰਗਲੈਂਡ ਤੋਂ ਪੜ੍ਹ ਕੇ ਗਿਆ ਹੋਇਆ ਸੀ। ਅੱਛਾ ਜੀ। ਬੜੇ ਕਾਬਲ ਡਾਕਟਰ ਸੀ ਉਹ, ਤੇ ਉਹਨਾਂ ਦੇ ਉਹ ਪਿੱਛੋਂ ਤੁਸੀਂ ਪਿੰਡ ਦਾ ਨਾਮ ਸੁਣਿਆ ਹੋਣਾ ਕੂਮ ਕਲਾਂ, ਉਹਨਾਂ ਦਾ ਪਿੱਛੇ ਕੂਮ ਕਲਾਂ ਮਸ਼ਹੂਰ ਪਿੰਡ ਆ ਜੀ, ਵੱਡਾ ਪਿੰਡ ਆ ਸਭ ਤੋਂ। ਹਾਂਜੀ, ਉਹਨਾਂ ਦੀ ਜ਼ਮੀਨ ਵੀ ਸੀ, ਜ਼ਮੀਨ ਵੀ ਸੀ ਆਪਣੀ ਕਾਰ ਦੇ ਵਿੱਚ, ਆਪਣੀ ਪਤਨੀ ਦੇ ਨਾਲ ਹਰ ਹਫ਼ਤੇ ਆਪਣੇ ਪਿੰਡ ਜਾਂਦਾ ਹੁੰਦਾ ਸੀ। ਪਿੰਡ ਵੀ ਉਹਨੇ ਬੜਾ ਸ਼ਾਨਦਾਰ ਮਕਾਨ ਰੱਖਿਆ ਹੋਇਆ ਸੀ, ਤੇ ਲੁਧਿਆਣੇ ਬਰੇਸੀ ਗਰਾਊਂਡ ਦੇ ਕੋਲ ਚਾਰ ਮੰਜ਼ਿਲਾ ਉਹਨੇ ਮਕਾਨ ਬਣਾਇਆ ਹੋਇਆ ਸੀ, ਤੇ ਥੱਲੇ ਨਾਲ ਉਹਨੇ ਆਪਣੇ ਦਵਾਈਆਂ ਦੀ ਦੁਕਾਨ ਕੰਪਾਊਂਡਰ ਵੀ ਰੱਖਿਆ ਹੋਇਆ ਸੀ। ਪਰ ਉਹ ਥੋੜਾ ਜਿਹਾ ਹੈ ਡਾਕਟਰ, ਬਹੁਤ ਕਾਬਿਲ ਸੀ, ਪਿੰਡਾਂ ਦੇ ਲੋਕ ਜ਼ਿਆਦਾ ਜਾਂਦੇ ਸੀ, ਥੋੜਾ ਜਿਹਾ ਆਕੜ ਸੁਭਾਅ ਦਾ ਸੀ। ਇੱਕ ਵਾਰੀ ਮੈਨੂੰ ਯਾਦ ਆ ਮੈਂ ਥੋੜਾ ਢਿੱਲਾ ਸੀ, ਮੇਰੀ ਮਦਰ ਮੈਨੂੰ ਲੈ ਕੇ ਗਈ, ਤੇ ਇੱਕ ਆਪਣੇ ਪਿੰਡ ਦੀ ਕੋਈ ਔਰਤ ਸੀ, ਉਹ ਕਹਿੰਦੀ ਡਾਕਟਰ ਸਾਹਿਬ ਮੇਰੀ ਸੀਟ ਕਦੋਂ ਹੋਊਗੀ, ਤੂੰ ਮੇਰੀ ਸੀਟ ਤੋਂ ਕੀ ਲੈਣਾ, ਤੂੰ ਆਪਣੀ ਦਵਾਈ ਲੈ ਤੇ ਚਲਦੀ ਬਣ, ਸੀਟਾਂ ਪੈ ਵੱਡੀ ਸੀਟਾਂ ਕਰਨ ਵਾਲੀ ਆਈ ਹੈ ਇੱਥੇ। ਏਦਾਂ ਹੁੰਦਾ ਸੁਭਾਅ ਕਈਆਂ ਦਾ, ਕਈ ਤਾਂ ਗੱਲਬਾਤ ਦੇ ਨਾਲ ਹੀ ਅੱਧੇ ਵੱਧ ਬਿਮਾਰੀ ਠੀਕ ਕਰ ਦਿੰਦੇ। ਪਰ ਉਹ ਡਾਕਟਰ ਬਹੁਤ ਕਾਬਿਲ ਸੀ, ਤੇ ਬੜੇ ਕਹਿੰਦੇ ਨਾ ਡਾਕਟਰ ਵੀ ਬਿਮਾਰ ਹੈ ਭਾਲਦੇ ਨੇ। ਜੀ ਜੀ ਜੀ। ਇੱਥੇ ਸਾਡੇ ਬ੍ਰਹਮਚੰਦ ਦੇ ਵਿੱਚ ਹੋਸਪਿਟਲ ਦੇ ਵਿੱਚ ਇੱਕ 53 ਸਾਲ ਦੀ ਜੁਆਇੰਟ ਲਾਈਨ ਵਰਕਰ ਸੀ ਵਿਚਾਰੀ, ਉਹਦੇ ਦੋ ਤਿੰਨ ਬੱਚੇ ਵੀ ਸੀਗੇ ਦੋ, ਤੇ ਉਹਦੀ ਵਿਚਾਰੀ ਦੀ ਡੈਥ ਹੋ ਗਈ, ਨਰਸ ਦੀ, ਨਰਸ ਦੀ ਉਹ ਕਰੋਨਾ ਕਰਕੇ। ਹਾਂਜੀ ਕਰੋਨਾ ਕਰਕੇ ਹੋ ਗਈ, ਬਹੁਤ ਮਾੜੀ ਗੱਲ ਹੈ। ਆਪਣੀ ਕਮਿਟੀ ਦੀ ਨਹੀਂ ਸੀ, ਉਹ ਵੈਸਟ ਇੰਡੀਅਨ ਸੀ। ਅੱਛਾ ਅੱਛਾ ਚਲੋ। ਇਹ ਲੋਕ ਤਾਂ ਦੇਖੋ ਇਹਨਾਂ ਦੀ ਬੜੀ ਵੱਡੀ ਕੁਰਬਾਨੀ ਆ, ਉੱਥੇ ਦਾ ਤਾਂ ਗੱਲ ਹੀ ਛੱਡੋ, ਹੁਣ ਆਪਾਂ ਦੇਖੋ ਦੇਖਦੇ ਹਾਂ ਵੀ ਡਾਕਟਰ ਉੱਥੇ ਕਿਸੇ ਦੀ ਕਿਹੜੀ ਨਹੀਂ ਕਰ ਲਈ, ਕਿਸੇ ਦਾ ਕੁਛ ਕਰ ਲਿਆ। ਮਿਹਰਬਾਨੀ ਜੀ ਧੀਰ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਬਹੁਤ ਧੰਨਵਾਦ, ਬਹੁਤ ਧੰਨਵਾਦ। ਨਾਲ ਇੱਕ ਬ੍ਰੇਕ ਲੈਣੀ ਪੈ ਗਈ ਹੋਰ, ਤੇ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਸਮਾਂ ਬੱਚਿਆ ਤੇ ਕਦੀ ਕਾਲ ਲੈਣ ਦੀ ਕੋਸ਼ਿਸ਼ ਕਰਾਂਗੇ, ਅਦਰਵਾਈਜ਼ ਦੇਖਦੇ ਰਹੋ ਜਸ ਪੰਜਾਬੀ ਮਿਲਦੇ ਆ ਬ੍ਰੇਕ ਤੋਂ ਬਾਅਦ। ਜੀ ਪ੍ਰੋਗਰਾਮ ਦਾ ਸਮਾਂ ਥੋੜ੍ਹਾ ਜਿਹਾ ਹੋਰ ਆਪਣੇ ਕੋਲ ਬਚਿਆ, ਅਤੇ ਆਪਾਂ ਕੋਸ਼ਿਸ਼ ਕਰਦੇ ਵੀ ਇੱਕ ਅੱਧੀ ਕਾਲ ਫਟਾਫਟ ਲੈ ਲਈਏ ਤਾਂ ਕਿ ਲਵ ਸਮੇਂ ਦਾ ਲਾਹਾ ਲਈਏ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ 347 ਈਸਟ ਕੋਸਟ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਊਯਾਰਕ ਤੋਂ ਸਰਜੀਤ ਕੌਰ ਬੋਲ ਰਹੀ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ ਜੀ? ਮੈਂ ਕਹਿਣਾ ਚਾਹੁੰਦੀ ਹਾਂ ਜੀ, ਆਪਣਾ ਦੇਸ਼ ਨੂੰ ਅਸੀਂ ਆਪੇ ਬਦਨਾਮ ਕਰੀ ਜਾਂਦੇ ਹਾਂ ਕਿ ਇੰਡੀਆ ਇੱਦਾਂ ਹੋ ਰਿਹਾ, ਇੰਡੀਆ ਹੋ ਤਾਂ ਰਹੀ ਹੈ ਕਰੋਨਾ ਦੇ ਮਾਮਲੇ ਦੇ ਵਿੱਚ ਜੀ, ਪਰ ਇੱਥੇ ਵੀ ਡਾਕਟਰਾਂ ਦੇ, ਅਸੀਂ ਡਾਕਟਰਾਂ ਨੂੰ, ਅਸੀਂ ਦੋਵੇਂ ਹਸਬੈਂਡ ਵਾਈਫ ਦੋਵੇਂ ਡਾਕਟਰਾਂ ਕੋਲ ਸ਼ਿਕਾਰ ਹੋਏ ਹਾਂ। ਅੱਛਾ ਜੀ, ਕੋਈ ਦੱਸੋ। ਹਾਂਜੀ, ਮੇਰੇ ਹਸਬੈਂਡ ਦੀ ਬੈਕ ਸਰਜਰੀ ਹੋਈ ਕਿਉਂਕਿ ਉਹਨਾਂ ਦਾ ਗਲਤ ਟੀਕਾ ਲੱਗ ਗਿਆ। ਓਹੋ, ਅੱਛਾ ਜੀ। ਮੇਰੇ ਬੈਕ 'ਚ ਟੀਕਾ ਗਲਤ ਲੱਗ ਗਿਆ, ਮੈਨੂੰ ਪਾਰਕਿੰਸਨ ਕਰ ਦਿੱਤੀ ਉਹਨਾਂ ਨੇ। ਇਹਦਾ ਮੁੜ ਕੇ ਬਾਅਦ ਦੇ ਵਿੱਚ ਨਹੀਂ ਹੁੰਦਾ ਕੋਈ? ਇੱਥੇ ਤਾਂ ਕਹਿੰਦੇ ਵੀ ਬੜਾ ਧਿਆਨ ਰੱਖਦੇ ਨੇ, ਜੇ ਕੋਈ ਗਲਤੀ ਡਾਕਟਰ ਕਰਦਾ ਤੇ ਉਹਦਾ ਮੁਆਵਜ਼ਾ ਵਗੈਰਾ ਜਾਂ ਸਿਹਤ ਦਾ ਧਿਆਨ ਰੱਖਦੇ ਨੇ ਸਾਰਾ, ਤੇ ਇਦਾਂ ਹੈ ਨਹੀਂ ਕੁਛ ਇਹੋ ਜਿਹਾ? ਅਸੀਂ ਕੁਛ ਨਹੀਂ ਜੀ ਕੀਤਾ, ਅਸੀਂ ਤਾਂ ਕੀਤਾ ਨਹੀਂ, ਕਿਆ ਕਰਨਾ ਇਦਾਂ ਦਾ ਪੈਸਾ ਲੈ ਕੇ। ਹਾਂ ਚਲੋ, ਇਹ ਤੁਹਾਡੀ ਸੋਚ ਹੈ ਚੰਗੀ। ਉਹ ਤਾਂ ਦੁੱਖ ਲੱਗ ਗਿਆ, ਹੁਣ ਪੈਸਾ ਲੈ ਕੇ ਕੀ ਕਰਾਂਗੇ? ਪਰ ਅਦਰਵਾਈਜ਼ ਇਧਰਲੇ ਮੁਲਕਾਂ 'ਚ ਨਹੀਂ ਲੋਕ ਬਿਲਕੁਲ ਬਖਸ਼ਦੇ, ਕਿਸੇ ਦੀ ਗਲਤੀ ਜਿਹੜੀ ਉਹਨੂੰ ਭੁਗਤਣਾ ਹੀ ਪੈਂਦਾ ਉਹਦਾ। ਤੇ ਚਲੋ, ਵੈਸੇ ਉਹਨਾਂ ਨੇ ਇਹ ਗੱਲ ਕਹਿਤੀ ਨਾ ਵੀ ਤੁਹਾਨੂੰ ਬਿਮਾਰੀ ਤਾਂ ਹੋਣੀ ਸੀ, 10 ਸਾਲ ਬਾਅਦ ਹੋ ਜਾਂਦੀ, ਤੁਸੀਂ 10 ਸਾਲ ਪਹਿਲਾਂ ਸਾਨੂੰ ਬਿਮਾਰ ਕਰ ਦਿੱਤਾ। ਇਹ ਕਿਹੜਾ ਲੌਜਿਕ ਹੋਇਆ ਜੀ 10 ਸਾਲ ਬਾਅਦ ਹੋ ਜਾਂਦੀ? ਇਹ ਚਲੋ ਜੀ, ਅਸੀਂ ਜਿਵੇਂ ਗੱਲ ਕਰਦੇ ਹਾਂ ਜੀ, ਵੀ ਹਰ ਫੀਲਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਮੁਲਕ ਦੇ ਵਿੱਚ ਇਹ ਹਰ ਤਰ੍ਹਾਂ ਦੇ ਬੰਦੇ ਹੁੰਦੇ। ਇਹ ਵੱਖਰੀ ਗੱਲ ਹੈ ਵੀ ਅਮਰੀਕਾ ਦੇ ਵਿੱਚ ਉਹਦੀ ਤਾਦਾਦ ਘੱਟ ਹੈ, ਭਾਰਤ ਦੇ ਵਿੱਚ ਉਹਦੀ ਤਾਦਾਦ ਬਹੁਤ ਜ਼ਿਆਦਾ ਹੈ ਮਾੜੇ ਅੰਸਰਾਂ ਦੀ। ਚਲੋ, ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ। ਸੋ ਆਪੋ ਆਪਣਾ ਤਜਰਬਾ ਜਿਹੜਾ ਜ਼ਰੂਰ ਸਾਂਝੇ ਕਰਦੇ ਰਹਿਣਾ ਚਾਹੀਦਾ। ਉਹਦਾ ਫਾਇਦਾ ਇਹ ਹੈ ਕਿ ਇੱਕ ਤਾਂ ਅਸੀਂ ਅਵੇਅਰ ਹੋ ਜਾਂਦੇ, ਸਾਨੂੰ ਬੜੀਆਂ ਚੀਜ਼ਾਂ ਐਸੀਆਂ ਪਤਾ ਲੱਗਦੀਆਂ ਨੇ ਜਿਹੜਾ ਸਾਨੂੰ ਬਾਅਦ ਵਿੱਚ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ।
ਇਹ ਇੰਡੀਆ 'ਚ ਅਸੀਂ ਇੱਕ ਸਮਝ ਸਕਦੇ, ਇੱਧਰ ਅਣਗਹਿਲੀ ਤਾਂ ਖੈਰ ਨਹੀਂ ਹੋ ਸਕਦੀ, ਹੋ ਸਕਦਾ ਅਣਗਹਿਲੀ ਵੀ ਕੋਈ ਕਰਦਾ ਹੋਵੇ ਇੱਕ ਅੱਧਾ ਡਾਕਟਰ, ਇੱਧਰ ਗਲਤੀ ਹੋ ਸਕਦੀ। ਇੰਡੀਆ ਦੇ ਵਿੱਚ ਅਣਗਹਿਲੀ ਅਤੇ ਅਣਗਰਜੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਣ ਕਰਕੇ ਉੱਥੇ ਕੇਸ ਬਹੁਤ ਜ਼ਿਆਦਾ ਇਹੋ ਜਿਹੇ ਹੁੰਦੇ ਨੇ। ਅਸੀਂ ਇੰਡੀਆ 'ਤੇ ਮਤਲਬ ਬਦਨਾਮ ਨਹੀਂ ਕਰਦੇ, ਇੰਡੀਆ ਦੇ ਇੰਡੀਆ ਨੂੰ ਬਦਨਾਮ ਨਹੀਂ ਕਰਦੇ, ਨਾ ਅਸੀਂ ਪੰਜਾਬ ਨੂੰ ਬਦਨਾਮ ਕਰਦੇ ਹਾਂ, ਅਸੀਂ ਕਰਦੇ ਹਾਂ ਜੀ ਸਿਸਟਮ ਨੂੰ, ਸਿਸਟਮ ਦੀ ਗੱਲ ਕਰਦੇ ਹਾਂ। ਸਿਸਟਮ ਜਿਹੜਾ ਕਿ ਉੱਥੇ ਉਹ ਸਹੀ ਹੋਣਾ ਚਾਹੀਦਾ, ਚਾਹੇ ਉਹ ਹੈਲਥ ਦੀ ਗੱਲ ਹੈ, ਚਾਹੇ ਸਪੋਰਟਸ ਦੀ ਗੱਲ ਹੈ, ਚਾਹੇ ਖੇਡਾਂ ਦੀ ਕਿਸੇ ਤਰੀਕੇ ਦੀ ਵੀ ਗੱਲ ਹੈਗੀ। ਖਾਸ ਤੌਰ 'ਤੇ ਦੋ ਚੀਜ਼ਾਂ ਸੁਧਰ ਜਾਣ ਉੱਥੇ ਮੇਰੇ ਖਿਆਲ, ਬਾਕੀ ਚੀਜ਼ਾਂ ਆਪੇ ਠੀਕ ਹੋ ਜਾਣਗੀਆਂ, ਇੱਕ ਹੈਲਥ ਸਿਸਟਮ ਅਤੇ ਇੱਕ ਐਜੂਕੇਸ਼ਨ ਸਿਸਟਮ, ਉਦੋਂ ਬਾਅਦ ਕਾਫੀ ਕੁਛ ਸੁਧਾਰ ਹੋ ਸਕਦਾ। ਕਾਲਾਂ ਤੁਹਾਡੀਆਂ ਇੱਕ ਦੋ ਹੈਗੀਆਂ ਪਰ ਹੁਣ ਕਾਲਾਂ ਨਹੀਂ ਲੈ ਹੋਣੀਆਂ, ਕੱਲ੍ਹ ਨੂੰ ਕਾਲਾਂ ਸਿਲਸਿਲਾ ਅੱਗੇ ਚਲਾਵਾਂਗੇ। ਅਤੇ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਸਮਾਪਤ ਕਰਦੇ, ਉਮੀਦ ਕਰਦੇ ਚੰਗਾ ਲੱਗਿਆ ਹੋਊਗਾ, ਚੰਗੀ ਲੱਗੀ ਹੋਊ ਗੱਲਬਾਤ। ਕੋਈ ਵੀ ਗੱਲਬਾਤ ਕਰਨ ਵਾਸਤੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਪੂਰੀ ਦੁਨੀਆ ਦੇ ਵਿੱਚ, ਜਾਂ ਕੋਈ ਈਵੈਂਟ ਹੈ ਤੁਹਾਡੇ ਨੇੜੇ ਉਹ ਕਰਨੀ ਚਾਹੁੰਦੇ ਹੋ, ਤਾਂ ਜ਼ਰੂਰ ਮੈਨੂੰ ਈਮੇਲ ਜਿਹੜੀ ਹੈ jaggi@jasbroadcasting.com ਜਾਂ ਫਿਰ info@jasbroadcasting.com 'ਤੇ ਈਮੇਲ ਕਰ ਸਕਦੇ ਹੋ। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਨਾਲ ਮੇਰਾ ਸੈੱਲ ਨੰਬਰ ਸਭ ਕੋਲ ਹੈਗਾ 209-450-3362, ਕਿਤੇ ਵੀ ਸੰਪਰਕ ਕਰ ਸਕਦੇ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।